ਵਾਹਿਗੁਰੂ ਜੀ ਸੱਚਾ ਅਮਰ ਗੋਬਿੰਦ ਕਾ ਸੱਚਾ ਅਮਰ ਗੋਬਿੰਦ ਕਾ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ਸਤ ਸੰਗਤ ਮੇਲਾ ਪਕਾਰ ਪੰਚ ਦੂਤ ਸੰਗਾਰੇ ਮੈਂ ਆਪਣੀ ਜੀ ਕਥਾ ਬਖਾਨੋ ਕਥਾ ਬਖਾਨੋ ਅਬ ਮੈਂ ਆਪਣੀ ਜੀ ਕਥਾ ਬਖਾਨੋ ਕਥਾ ਬਖਾਨੋ ਮੈਂ ਕਥਬ ਖਾਨੋ ਕਥਬ ਖਾਨੋ ਅਬ ਮੈਂ ਆਪਣੀ ਜੀ ਕਥਬ ਖਾਨੋ ਕਥਬ ਖਾਨੋ ਮੈਂ ਆਪਣੀ ਕਥਾ ਬਖਾਨੋ ਅਬ ਮੈਂ ਆਪਣੀ ਕਥਾ ਬਖਾਨੋ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿਆਨੋ 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 ਹੇਮਕੁੰਟ ਪਰਬਤ ਜਾਂ
ਮਕੁੰਟ ਪਰਬਤ ਜਾਂ ਪਰਬਤ ਜਾਂ ਹੇ ਮਕੁੰਟ ਪਰਬਤ ਜਾਂ ਸਪਤ ਸੁਰੇਂਗ ਸੋਭਿਤ ਤਾਂ ਸਪਤ ਸੁਰੇਂਗ ਸੋਭਿਤ ਤਾਂ ਤਬ ਮੈਂ ਆਪਣੀ ਜੀ ਕਤਬ ਖਾਨੋ ਅਬ ਮੈਂ ਆਪਣੀ ਜੀ ਕਤਬ ਖਾਨੋ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਹੇਮ ਕੁੰਟ ਪਰਬਤ ਹੈ ਜਾਂ ਤੈ ਹਮ ਅਦਕ ਤਪੱਸਿਆ ਸ਼ਾਂਤੀ ਮਹਾਕਾਲ ਕਾ ਇਹ ਵਿਦ ਕਰਤ ਤਪੱਸਿਆ ਭਯੋਤ ਬੈਤੇ ਇਕ ਰੂਪ ਹੋਇ ਸਤਿਗੁਰ ਪਾਤਸ਼ਾਹ ਜੀਆਂ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਅੰਮ੍ਰਿਤ ਦਰਬਾਰ ਸਤਿਗੁਰ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਪਾਵਨ ਪਵਿੱਤਰ ਰੂਹਾਨੀਅਤ ਦੀ ਛਤਰ ਛਾਇਆ ਹੇਠ ਬੈਠ ਕੇ ਆਪ ਸਮੂਹ ਸੰਗਤਾਂ ਬਹੁਤ ਪਿਆਰ ਆਦਰ ਸਤਿਕਾਰ ਭਾਵਨਾ ਅਤੇ ਮਨ ਦੀ ਕਸ਼ਿਸ਼ ਕਰਕੇ ਆਏ ਐਤਵਾਰ ਦਰਗਾਹ ਤੋਂ ਆਈ ਹੋਈ ਸਤਿਗੁਰ ਪਾਤਸ਼ਾਹ ਜੀਆਂ ਦੀ ਪਵਿੱਤਰ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਆਨੰਦ ਸਤਿਗੁਰ ਪਾਤਸ਼ਾਹ ਜੀਆਂ ਦੀ ਮਿਹਰ ਅਤੇ ਕਿਰਪਾ ਦੇ ਨਾਲ ਮਾਣਦੇ ਹੋ ਅੱਜ ਵੀ ਆਪਾਂ ਨੂੰ ਸਤਿਗੁਰ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਖੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਅੱਜ ਸਾਡੇ ਪਿਤਾ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਵਿੱਤਰ ਆਗਮਨ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ
ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਮਹਾਰਾਜ ਜੀਆਂ ਦੇ ਇਸ ਪਿਆਰ ਵਿੱਚ ਜਨਵਰੀ ਦੀ 8 ਤਰੀਕ ਤੱਕ ਅੱਜ ਤੋਂ ਲੈ ਕੇ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਪ੍ਰਾਰੰਭ ਹੋਣੀਆਂ ਹਨ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਤੇ ਦਰਮਿਆਨ ਦੇ ਵਿੱਚ ਇਸੇ ਤਰ੍ਹਾਂ ਹੀ ਸਤਿਗੁਰ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਅਤੇ ਸਤਿਗੁਰ ਪਾਤਸ਼ਾਹ ਜੀਆਂ ਦੇ ਮੁਖ ਤੋਂ ਉਚਾਰਨ ਹੋਈ ਪਵਿੱਤਰ ਬਾਣੀ ਦਾ ਅੰਮ੍ਰਿਤ ਆਨੰਦ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਕਰੀਬ ਸਵਾ ਮਹੀਨਾ ਮਾਣਦੇ ਰਹਾਂਗੇ। ਗੁਰੂ ਪਾਤਸ਼ਾਹ ਜੀ ਕਿਸੇ ਦੇ ਵਿੱਚ ਤਾਂ ਇਤਨੀ ਤਾਕਤ ਨਹੀਂ ਹੈ ਕਿ ਅਸੀਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਬਾਰੇ ਕੁਛ ਕਥਨ ਕਰ ਸਕੀਏ। ਜੋ ਸਤਿਗੁਰੂ ਪਾਤਸ਼ਾਹ ਜੀਆਂ ਨੇ ਆਪ ਕਥਨ ਕੀਤਾ ਹੈ ਔਰ ਸਾਨੂੰ ਸਰਵਣ ਕਰਾਇਆ ਹੈ ਔਰ ਉਸ ਦੀ ਵਿਚਾਰ ਸੁਭ ਸਾਡੇ ਅੰਦਰ ਪ੍ਰਵੇਸ਼ ਕੀਤੀ ਹੈ, ਉਹ ਹੀ ਵਿਚਾਰ ਆਪ ਸੰਗਤਾਂ ਦੇ ਨਾਲ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਅਤੇ ਮਿਹਰ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸ੍ਰੇਸ਼ਟ ਬੁੱਧੀ ਬਖਸ਼ਿਸ਼ ਕਰਨ, ਕਿਉਂਕਿ ਸ੍ਰੇਸ਼ਟ ਵਿਚਾਰ ਦੇ ਵਾਸਤੇ ਸ੍ਰੇਸ਼ਟ ਬੁੱਧੀ ਦੀ ਬਹੁਤ ਲੋੜ ਹੈ ਅਤੇ ਸ੍ਰੇਸ਼ਟ ਬੁੱਧੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਰਵਣ ਕਰਦੇ ਹਨ, ਜੋ ਕਥਨ ਕਰਦੇ ਹਨ, ਸਰਬ ਨੂੰ ਹੀ ਸ੍ਰੇਸ਼ਟ ਬੁੱਧੀ ਦੀ, ਬਸੈਣੀ ਬੁੱਧੀ ਦੀ ਬਖਸ਼ਿਸ਼ ਕਰਨ। ਤੋ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਆਪਣੀ ਕਥਾ ਤੁਹਾਨੂੰ ਆਪ ਸੁਣਾਉਂਦੇ ਹਾਂ। ਅੱਬ ਮੈਂ ਆਪਣੀ ਕਥਾ ਬਖਾਨੂ, ਕਥਾ ਦੇ ਵਿੱਚ ਜੋ ਕੁਛ ਕਦੋਂ ਤੋਂ ਲੈ ਕੇ ਉਹਨੂੰ ਅਸੀਂ ਗੁਰੂ ਨੂੰ ਕਿਸੇ ਵੀ ਗਿਣਤੀ ਮਿਣਤੀ ਦੇ ਵਿੱਚ ਨਹੀਂ ਲਿਆ ਜਾ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਗੁਰੂ ਦਾ ਆਦਿ ਅਤੇ ਅੰਤ ਨਹੀਂ ਅਸੀਂ ਕਦੀ ਵੀ ਕਹਿ ਸਕਦੇ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਦੇ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ। ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗੰਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨ ਹਾਰ। ਪਰ ਇਤਨਾ ਜ਼ਰੂਰ ਹੈ, ਜਿਤਨੇ ਫਲ ਮਨ ਵਾਸੀ ਹੈ, ਤਿੱਤੜੇ ਸਤਿਗੁਰ ਪਾਸ਼। ਜੋ ਸਾਨੂੰ ਚਾਹੀਦਾ ਹੈ ਉਹ ਸਾਡੇ ਸਤਿਗੁਰ ਸਾਨੂੰ ਦਿੰਦੇ ਨੇ, ਦੇ ਰਹੇ ਨੇ, ਦਿੰਦੇ ਰਹਿਣਗੇ, ਕਿਉਂਕਿ ਉਹ ਭੂਤ ਭਵਿੱਖ ਅਤੇ ਵਰਤਮਾਨ ਦੇ ਦਾਤੇ ਹਨ। ਜੋ ਸਾਡੇ ਤੋਂ ਪਹਿਲੇ ਗੁਰਸਿੱਖ ਹੋਏ ਨੇ ਉਹਨਾਂ ਨੂੰ ਦਾਤਾਂ ਮਿਲੀਆਂ ਨੇ, ਅੱਜ ਵਰਤਮਾਨ ਦੇ ਵਿੱਚ ਮਿਲ ਰਹੀਆਂ ਨੇ। ਅਸੀਂ ਚਲੇ ਜਾਵਾਂਗੇ, ਲੇਕਿਨ ਦਾਤਾ ਜਿਹੜਾ ਉਹ ਹੀ ਰਹਿਣਾ ਹੈ। ਔਰ ਸਿੱਖ ਆਉਂਦੇ ਜਾਣਗੇ ਅਤੇ ਸਤਿਗੁਰ ਇਸੇ ਤਰ੍ਹਾਂ ਹੀ ਭਰਪੂਰ ਕਰਦੇ ਰਹਿਣਗੇ। ਤੋ ਗੁਰੂ ਪਾਤਸ਼ਾਹ, ਅੱਬ ਮੈਂ ਆਪਣੀ ਕਥਾ ਬਖਾਨੂ, ਕਥਾ ਦਾ ਅਰਥ ਹੈ ਕਿ ਸਤਿਗੁਰ ਪਾਤਸ਼ਾਹ ਜੀ ਆਪਣੇ ਜੀਵਨ ਦਾ ਆਪ ਬਖਿਆਨ ਕਰਦੇ ਹਨ, ਕਿਉਂਕਿ ਨਿਰੰਕਾਰ ਦਾ ਬਖਿਆਨ ਨਿਰੰਕਾਰ ਹੀ ਕਰ ਸਕਦਾ ਹੈ।
ਗੁਰੂ ਦਾ ਵਖਿਆਨ ਗੁਰੂ ਹੀ ਕਰ ਸਕਦਾ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਅਤੇ ਸਰਗੁਣ ਦ੍ਰਿਸ਼ਟਾਰੰਗ, ਜਦੋਂ ਉਹਦੀ ਮੌਜ ਆਈ ਹੈ ਕਿ ਮੈਂ ਨਿਰਗੁਣ ਤੋਂ ਸਰਗੁਣ ਦੇ ਵਿੱਚ ਜਾਵਾਂ, ਤਾਂ ਉਹ ਗੁਰੂ ਨਾਨਕ ਦੇ ਰੂਪ ਵਿੱਚ ਅਤੇ ਦਸ ਪਾਤਸ਼ਾਹੀਆਂ ਤੱਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਤੱਕ ਵਰਤੇ। ਉਸ ਤੋਂ ਬਾਅਦ ਉਹਨਾਂ ਦੀ ਮੌਜ ਹੋਈ ਕਿ ਅਸੀਂ ਫਿਰ ਉਸੇ ਸਰੂਪ ਵਿੱਚ ਹੋ ਜਾਈਏ, ਤਾਂ ਆਪ ਜੀ ਦਸ ਵਸ ਪਾਤਸ਼ਾਹੀਆਂ ਤੱਕ ਸਰਗੁਣ ਧਾਰਨ ਤੋਂ ਬਾਅਦ ਜਿਸ ਨਿਰਗੁਣ ਦੇ ਵਿੱਚੋਂ ਆਏ ਸੀ, ਆਖਰਤ ਨੂੰ ਫਿਰ ਆਪਣਾ ਨਿਰਗੁਣ ਰੂਪ ਕਿ ਅਸੀਂ ਕਿਹੋ ਜਿਹੇ ਹਾਂ, ਤਾਂ ਪਾਤਸ਼ਾਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਕੇ ਫਿਰ ਜਗਤ ਤੋਂ ਸਾਨੂੰ ਓਹਲਾ ਕਰ ਗਏ। ਓਹਲਾ ਕੋਈ ਨਹੀਂ ਹੈ, ਸਾਹਮਣੇ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਸਰੀਰ ਦੀ ਗੱਲ। ਤੋ ਬੇਨਤੀ ਕਰ ਰਹੇ ਹਾਂ, ਪਾਤਸ਼ਾਹ ਸਮਝਾ ਰਹੇ ਹਨ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੀ ਬਿਦ ਮੋਹੇ ਆਨੋ। ਅਸੀਂ ਉਹ ਸਾਧ ਜੀ ਤੁਹਾਨੂੰ ਦੱਸ ਰਹੇ ਨੇ, ਦਸਵੇਂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਜੀਆਂ ਦੀ ਧਰਤੀ ਦੇ ਉੱਤੇ ਅਸੀਂ ਤਪੱਸਿਆ ਕਰਦੇ ਪਏ ਸੀ, ਔਰ ਉਸ ਤਪੱਸਿਆ ਦੇ ਵਿੱਚ ਇਹ ਨਹੀਂ ਕਿ ਸਾਡੇ ਵਾਲਾ ਕੋਈ ਘੰਟਾ ਜਾਂ ਦੋ ਘੰਟੇ, ਪਾਤਸ਼ਾਹ ਜੀਆਂ ਦੀ ਤਪੱਸਿਆ ਦੇ ਵਿੱਚ ਯੁੱਗ ਲੰਘ ਗਏ। ਕੀ ਹੈ, ਪਾਤਸ਼ਾਹ ਜੀਆਂ ਦੇ ਤਪੱਸਿਆ ਕਰਦਿਆਂ ਕਰਦਿਆਂ ਯੁੱਗ ਲੰਘ ਗਏ। ਸਤਯੁੱਗ ਵੀ ਲੰਘਿਆ, ਤ੍ਰੇਤਾ ਵੀ ਲੰਘਿਆ, ਦੁਆਪਰ ਵੀ ਲੰਘਿਆ, ਕਲਯੁੱਗ ਆਇਆ। ਇਤਨੀ ਲੰਬੀ ਤਪੱਸਿਆ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਲਿਖਿਆ ਹੈ ਕਿ 36 ਕਲਪ ਯੁੱਗ, ਭਾਈ ਵਾਲੇ ਵਾਲੀ ਸਾਖੀ 'ਚ, ਕਿ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ 36 ਕਲਪ ਯੁੱਗ ਇੱਕ ਵਾਹਿਗੁਰੂ ਸ਼ਬਦ ਦਾ ਆਰਾਧਨ ਕੀਤਾ ਹੈ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿ ਹੇਮਕੁੰਟ ਪਰਬਤ ਦੇ ਉੱਤੇ ਤਪੱਸਿਆ ਕਰਦੇ ਨੇ, ਜਿਸ ਪਰਬਤ ਦੇ ਉੱਤੇ ਕੀ ਹੈ ਘੰਟਾ ਦੋ ਘੰਟੇ ਵੀ ਕੱਢਣੇ ਉਸ ਬਰਫ਼ ਦੇ ਵਿੱਚ ਔਖੇ ਹਨ ਭਈ। ਪਰ ਇਹ ਕੁਛ ਪਹਿਲੇ ਹੀ ਸਾਨੂੰ ਪਤਾ ਲੱਗਦਾ ਹੈ, ਬਾਣੀ ਦੇ ਵਿੱਚੋਂ ਮਿਲਦੀਆਂ ਨੇ ਟੂਕਾਂ ਕਿ ਕਰੋ ਰਸੋਈ ਸਾਰ ਦੀ ਬਰਫ਼ ਹਿਮਾਲੇ ਮੰਦਰ ਸਾਈਂ। ਗੁਰੂ ਨਾਨਕ ਦੀ ਉਪਮਾ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਸੀਂ ਲੋਹੇ ਦੀ ਰਸੋਈ ਕਰ ਸਕਦੇ ਹਾਂ ਅਤੇ ਬਰਫ਼ ਦੇ ਘਰ 'ਚ ਸਦਾ ਰਹਿ ਸਕਦੇ ਹਾਂ। ਇਹ ਪਾਤਸ਼ਾਹ ਦੇ ਵਚਨ ਹਨ। ਤੋ ਬੇਨਤੀ ਕਰ ਰਹੇ ਹਾਂ, ਆਓ ਜੇ ਬਰਫ਼ ਹਿਮਾਲੇ ਮੰਦਰ ਸਾਈਂ, ਤੋ ਕੀ ਹੈ ਹਿਮਾਲਿਆ ਪਰਬਤ ਦੇ ਵਿੱਚ ਹੈ ਨਾ ਜੀ, ਅਤੇ ਬਰਫ਼ ਦੇ ਵਿੱਚ ਕਿਹਾ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਉੱਥੇ ਤਪ ਕੀਤਾ ਹੈ। ਕਾਹਦੇ ਵਿੱਚ, ਬਰਫ਼ ਦੇ ਵਿੱਚ। ਬੇਨਤੀ ਕਰੀਏ ਕਿ ਜਿਸ ਦੇ ਗੁਰਾਂ ਨੇ ਬਰਫ਼ ਨੂੰ ਹੀ ਘਰ ਬਣਾ ਕੇ ਅਤੇ ਤਪੱਸਿਆ ਐਡੀ ਲੰਬੀ ਕੀਤੀ ਹੋਏ, ਅਤੇ ਉਸਦੇ ਸਿੰਘ ਠੰਡ ਤੋਂ ਡਰਨ, ਤਾਂ ਬਹੁਤ ਮਾੜੀ ਗੱਲ ਹੈ ਕਿ ਹੁਣ ਠੰਡ ਹੋ ਗਈ ਹੈ। ਕੀ ਹੈ, ਹੁਣ ਠੰਡ ਹੋ ਗਈ, ਇਸ ਤੋਂ ਕਿਉਂ ਡਰਦੇ ਹੋ? ਦੂਸਰੀ ਗੱਲ ਇਹ ਕਰਦੇ ਹਾਂ ਬੇਨਤੀ ਕਿ ਅੱਤ ਦੀ ਠੰਡ ਦੇ ਵਿੱਚ
ਚਮਕੌਰ ਦੀ ਗੜੀ ਵਾਲਾ ਯੁੱਧ ਹੋਇਆ ਬੋਲੋ। ਰਾਤ ਤੇ ਦਿਨ ਠੰਡ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਤੋ ਅਸੀਂ ਵੀ ਇਹੋ ਜਿਹਾ ਆਪਣਾ ਬਣਾਓ, ਇਹ ਨਾ ਮਨਾਂ 'ਚ ਰੱਖੋ ਕਿ ਹੁਣ ਠੰਡ ਆ ਗਈ ਹੈ ਜਾਂ ਗਰਮੀ ਆ ਗਈ ਹੈ, ਇਹਨਾਂ ਚੀਜ਼ਾਂ ਨਾਲ ਨਾ ਜੁੜੋ, ਉਸ ਅਕਾਲ ਪੁਰਖ ਦੇ ਪਵਿੱਤਰ ਨਾਮ ਦੇ ਨਾਲ ਜੁੜੋ, ਜਿਹੜਾ ਨਾਮ ਸਤਿਗੁਰ ਪਾਤਸ਼ਾਹ ਜੀ ਪਵਿੱਤਰ ਹੇਮਕੁੰਡ ਦੇ ਉੱਤੇ ਲੰਬਾ ਚਿਰ ਜਪਦੇ ਰਹੇ ਨੇ ਅਤੇ ਸਾਨੂੰ ਵੀ ਉਹੀ ਦਿੱਤਾ ਹੈ। ਤੋ ਪਾਤਸ਼ਾਹ ਸਮਝਾ ਰਹੇ ਨੇ ਕਿ ਹੇਮਕੁੰਟ ਪਰਬਤ ਹੈ ਜਿੱਥੇ, ਉੱਥੇ ਅਸੀਂ ਆਪਣੀ ਕਥਾ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਕਿੱਦਾਂ ਉੱਥੇ ਰਹੇ ਹਾਂ। ਪਾਤਸ਼ਾਹ ਜੀ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ, ਅਸੀਂ ਤਾਂ ਲੱਗੇ ਪਏ ਸੀ, ਅਕਾਲ ਪੁਰਖ ਨਾਲ ਜੁੜੇ ਪਏ ਸੀ, ਇੱਕ ਹੋਏ ਪਏ ਸੀ, ਅਤੇ ਲੇਕਿਨ ਪਰਮੇਸ਼ਰ ਦਾ ਹੁਕਮ ਆਇਆ ਹੈ ਕਿ ਤੁਹਾਨੂੰ ਮਾਤ ਲੋਕ ਵਿੱਚ ਜਾਣਾ ਪੈਣਾ ਹੈ। ਤਪ ਸਾਧਤ ਜੇ ਵਿਦ, ਜਿਸ ਤਰੀਕੇ ਦੇ ਨਾਲ ਸਾਨੂੰ ਪਰਮੇਸ਼ਰ ਲੈ ਕੇ ਆਇਆ, ਜੇ ਵਿਦ ਮੋਹੇ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਕੋਈ ਇਹ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਕਿ ਸਤਿਗੁਰ ਕਿੱਥੇ ਸਨ। ਪਾਤਸ਼ਾਹ ਜੀਆਂ ਨੇ ਉਹ ਜਗ੍ਹਾ ਵੀ ਉਤਪੰਨ ਕਰ ਦਿੱਤੀ, ਉਸ ਜਗ੍ਹਾ ਦਾ ਵੀ ਦੱਸ ਦਿੱਤਾ ਕਿ ਉਹ ਹਿਮਾਲਿਆ ਦੀ ਚੋਟੀ ਜਿਸ ਨੂੰ ਅਸੀਂ ਹੇਮਕੁੰਟ ਸਾਹਿਬ ਕਹਿੰਦੇ ਹਾਂ, ਜਿਸ ਦੇ ਪਵਿੱਤਰ ਚਰਨਾਂ ਦੇ ਵਿੱਚੋਂ ਗੰਗਾ ਵਗਦੀ ਆਉਂਦੀ ਹੈ, ਤੋ ਉਹ ਵੀ ਚਰਨ ਮਹਾਰਾਜ ਜੀਆਂ ਦੇ ਧੋਂਦੀ ਹੈ। ਤੋ ਉਸ ਪਵਿੱਤਰ ਅਸਥਾਨ ਦੇ ਉੱਤੇ ਹੇਮਕੁੰਟ ਪਰਬਤ ਹੈ ਜਹਾਂ, ਸ਼ਬਦ ਸ੍ਰਿੰਗ ਸੋਭਤ ਹੈ ਤਹਾਂ, ਅਸੀਂ ਉਹਨਾਂ ਨੂੰ ਆਮ ਪਹਾੜ ਜਾਣ ਕੇ ਜੇ ਪਾਤਸ਼ਾਹ ਕਥਾ ਨਾ ਸੁਣਾਉਂਦੇ ਤਾਂ ਅਸੀਂ ਆਮ ਪਹਾੜੀਆਂ ਵਾਂਗੂ ਪਹਾੜੀ ਕਰਕੇ ਛੱਡ ਦੇਣਾ ਸੀ, ਪਰ ਪਾਤਸ਼ਾਹ ਜੀਆਂ ਨੇ ਜੋ ਲਿਖ ਦਿੱਤਾ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ, ਸ਼ਬਦ ਸਰਿੰਗ ਸੋਭਤ ਹੈ ਤਹਾਂ, ਉਹਦੇ ਆਲੇ ਦੁਆਲੇ ਸੱਤ ਚੋਟੀਆਂ ਪਹਾੜੀਆਂ ਸੁਭਾਏਮਾਨ ਹਨ, ਜਿਹੜੀਆਂ ਲੱਭਦੇ ਲੱਭਦੇ ਅੱਜ ਗੁਰਮੁਖਾਂ 'ਤੇ ਕਿਰਪਾ ਹੋਈ ਹੈ। ਜਿਸ ਤਰ੍ਹਾਂ ਹੇਮਕੁੰਟ ਸਾਹਿਬ ਦਾ ਜਿਹੜਾ ਢੂੰਡਣਾ ਹੈ ਉਹ ਵੀ ਇੱਕ ਫੌਜੀ ਸਿੰਘ ਦੇ ਉੱਤੇ ਕਿਰਪਾ ਹੋਈ, ਜਿਸ ਦਾ ਨਾਮ ਹੌਲਦਾਰ ਮੋਦਨ ਸਿੰਘ ਸੀ, ਠੀਕ ਹੈ ਨਾ, ਅਤੇ ਉਹ ਦਰਖਤ ਦੇ ਵਿੱਚ ਅੱਜ ਵੀ ਉੱਥੇ ਖੌਲ ਪਿਆ ਜਿਹਦੇ ਵਿੱਚ ਰਾਤ ਉਹ ਕੱਟਿਆ ਕਰਦੇ ਸਨ। ਫਿਰ ਦਿਨੇ ਜਿਸ ਤਰ੍ਹਾਂ ਸਤਿਗੁਰੂ ਜੀ ਦਿਖਾਉਂਦੇ ਉਸੇ ਤਰ੍ਹਾਂ ਢੂੰਡਣ ਚੱਲ ਪੈਂਦੇ ਨੇ, ਆਪਣੇ ਸੇਵਕ 'ਤੇ ਆਪੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਤੋ ਪਾਤਸ਼ਾਹ ਨੂੰ ਉਹ ਸੱਤ ਚੋਟੀਆਂ ਦੀ ਗੱਲ ਅੱਜ ਢੂੰਡਦੇ ਢੂੰਡਦੇ ਉਹ ਗੁਰਮੁਖ ਪਿਆਰਿਆਂ ਨੇ ਸੱਤਾਂ ਹੀ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਚਲਾ ਦਿੱਤੇ ਹਨ। ਹੇਮਕੁੰਟ ਤਾਂ ਝੋਲ ਹੀ ਰਹੇ ਹੈ, ਉਹਨਾਂ ਚੋਟੀਆਂ ਨੂੰ ਵੀ ਗੁਰਮੁਖਾਂ ਨੇ ਸੂ ਲਿਆ ਹੌਲੀ ਹੌਲੀ, ਅਤੇ ਉਹਨਾਂ ਦੇ ਉੱਤੇ ਸੱਤਾਂ 'ਤੇ ਨਿਸ਼ਾਨ ਸਾਹਿਬ ਉਹਨਾਂ ਨੇ ਲਾ ਦਿੱਤੇ ਹਨ। ਇਹ ਪਾਤਸ਼ਾਹ ਦੀ ਕਿਰਪਾ ਹੈ, ਜਿਸ ਤਰ੍ਹਾਂ ਉਹ ਦਿਖਾਉਂਦੇ ਨੇ ਕਿ ਸਪਤ ਸਰਿੰਗ ਸੋਭਤ ਹੈ ਤਹਾਂ, ਭਈ ਉੱਥੇ ਛੁਪਾਏਮਾਨ ਹੈ, ਅਤੇ ਜਿੱਥੇ ਪਾਤਸ਼ਾਹ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤੇ ਨਾਮ ਕਹਾਵਾਂ, ਪੰਡ ਰਾਜ ਦੇ ਯੋਗ ਕਮਾਵਾਂ,
ਪਾਂਡਵਾਂ ਨੇ ਵੀ ਉੱਥੇ ਜੋ ਕਮਾਉਣਾ ਕੀਤਾ, ਜੋ ਹੁੰਦਾ ਕਿ ਉਸ ਅਕਾਲ ਪੁਰਖ ਦੇ ਨਾਲ ਇੱਕ ਹੋ ਜਾਣਾ, ਉਹਦੇ ਨਾਲ ਜੁੜ ਜਾਣਾ। ਯੋਗ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਲਿਖਿਆ ਕਿ ਇਮਨ ਇਹ ਵਿਦ ਯੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ ਧਿਆਨ ਬਬੂਤ ਚੜਾਓ। ਐਸਾ ਮਹਾਰਾਜ ਜੀ ਨੇ ਲਿਖਿਆ ਯੋਗ ਬਾਰੇ ਵੀ। ਤੋ ਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਹਨ ਅਤੇ ਸਾਨੂੰ ਸਮਝਾ ਰਹੇ ਨੇ ਕਿ ਸਾਡਾ ਜੀਵਨ ਸੁਣੋ। ਅਤੇ ਜੀਵਨ ਸੁਣਨਾ ਇਹ ਹੀ ਹੈ। ਕਈ ਵਾਰੀ ਬੋਲੇ ਹੈ, ਜੇ ਆਪ ਜੀ ਚਾਹੁੰਦੇ ਆ ਕਿ ਸਾਡਾ ਜੀਵਨ ਬਣ ਜਾਵੇ, ਅਤੇ ਫਿਰ ਸੰਤ ਜਵਾਲਾ ਸਿੰਘ ਕਹਿੰਦੇ ਹੁੰਦੇ ਸਨ ਕਿ ਕਿਸੇ ਜੀਵਨ ਵਾਲੇ ਦਾ ਜੀਵਨ ਜ਼ਰੂਰ ਪੜ੍ਹਿਆ ਕਰੋ, ਤੁਹਾਡਾ ਜੀਵਨ ਪਲਟੀ ਖਾ ਜਾਵੇਗਾ। ਅਤੇ ਫਿਰ ਇਹ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੜ੍ਹਨਾ, ਅਸੀਂ ਵੀ ਜਿਸ ਵੇਲੇ ਲਗਨ ਲੱਗੀ ਇਸ ਪਾਸੇ ਦੀ, ਤਾਂ ਅਸੀਂ ਵੀ ਫੌਜ ਦੇ ਵਿੱਚ ਪਹਿਲਾ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ੍ਹ ਕੇ ਹੀ ਇਸ ਪਾਸੇ ਨੂੰ ਤੁਰੇ ਸਾਂ। ਉਸਨੇ ਅਸ਼ਰ ਹੀ ਇਤਨਾ ਮਨ ਦੇ ਉੱਤੇ ਕਰ ਦਿੱਤਾ ਸੀਗਾ। ਤੋ ਇਸ ਤਰ੍ਹਾਂ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਕੀ ਆਖਿਆ, ਤੈ ਹਮ ਅਧਿਕ, ਅਧਿਕ ਤਾਂ ਸਮਝ ਗਏ, ਕਹਿੰਦੇ ਗਿਣਤੀ ਨਹੀਂ ਹੈ। ਐੜਾ ਸ਼ਬਦ ਅੱਗੇ ਆ ਜਾਂਦਾ ਹੈ ਨਾ, ਜਿੱਦਾਂ ਅਗੰਮ ਹੈ, ਗਮਤਾ ਤੋਂ ਪਰੇ ਚੀਜ਼ ਹੋ ਗਈ ਹੈ। ਅਕਾਲ ਕਹਿ ਦਿਓ, ਕਾਲ ਤੋਂ ਪਰੇ ਹੋ ਗਿਆ ਹੈ ਨਾ ਜੀ। ਅਗਣਤ ਕਹਿ ਦਿਓ, ਗਿਣਤੀ ਤੋਂ ਪਰੇ ਹੋ ਗਿਆ। ਇਸੇ ਤਰ੍ਹਾਂ ਇੱਥੇ ਤੈ ਹਮ ਅਧਿਕ ਤਪੱਸਿਆ ਸਾਧੀ, ਗਿਣਤੀ ਨਹੀਂ ਇਹਦੇ ਵਿੱਚ ਕਿ ਕਿਤਨੇ ਕੁ ਸਾਲ ਕੀਤੀ ਹੈ ਇਹਦੀ। ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਉਹ ਅਕਾਲ ਪੁਰਖ ਦਾ ਅਰਾਧਨ ਕੀਤਾ ਹੈ ਜਿਹੜਾ ਕਾਲ ਵੀ ਜਿਸ ਦੇ ਅੱਗੇ ਹੱਥ ਜੋੜ ਕੇ ਖੜਾ ਰਹਿੰਦਾ ਹੈ ਭਈ। ਤੋ ਉੱਥੇ ਤਪੱਸਿਆ, ਤੈ ਹਮ ਅਧਿਕ ਤਪੱਸਿਆ ਸਾਧੀ, ਕਿਤਨੀ ਕੁ ਕੀਤੀ ਹੈ ਇਹਨੂੰ ਅਸੀਂ ਅੱਖਰਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਗਿਣਤੀ ਤੋਂ ਬਾਹਰ ਹੈ। ਗੁਰੂ ਦੀ ਹਰ ਜਿਹੜੀ ਖੇਡ ਹੈ ਉਹ ਗਿਣਤੀ ਤੋਂ ਬਾਹਰ ਹੈ। ਤੁਸੀਂ ਕੋਈ ਵੀ ਖੇਡ ਸਤਿਗੁਰਾਂ ਦੀ ਗਿਣਤੀ 'ਚ ਨਹੀਂ ਕਰ ਸਕਦੇ ਕਿ ਕਹਿ ਦਈਏ ਕਿ ਇੰਨੇ ਜਾਂ ਲੱਖ ਤਾਰਿਆ ਜਾਂ 2 ਲੱਖ ਤਾਰਿਆ, ਉਹ ਤਾਰਦੇ ਹੀ ਆਏ ਨੇ, ਤਾਰਦੇ ਹਨ, ਅੱਜ ਤਾਰਦੇ ਹੀ ਰਹਿਣਗੇ। ਤਾਰਿਆ ਤੋ ਆਪਾਂ ਪੜ੍ਹਦੇ, ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋਂ ਧਨ ਕਹਿਆ, ਤਿੰਨ ਜੰਮ ਨੇੜਨਾ ਆਇਆ। ਪਾਤਸ਼ਾਹ ਐਸੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ, ਤੇ ਸਾਨੂੰ ਦੱਸ ਰਹੇ ਨੇ ਕਿ ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਹਿਮਕੁੰਟ ਤੇ ਤਪੱਸਿਆ ਜੀ ਕੀਤੀ, ਸਤਿਗੁਰ ਬਾਜਾਂ ਵਾਲੇ ਨੇ ਕੁੰਟ ਤੇ ਤਪੱਸਿਆ ਕੀਤੀ, ਸਤਿਗੁਰ ਬਾਜਾਂ ਵਾਲੇ ਨੇ Yeah.
ਹੇਮਕੁੰਟ ਤੇ ਤਪੱਸਿਆ ਕੀਤੀ ਸਤਗੁਰ ਵਜਨ ਵਾਲੇ ਨੇ ਕੁੰਟ ਤੇ ਤਪੱਸਿਆ ਕੀਤੀ ਸਤਗੁਰ ਵਜਨ ਵਾਲੇ ਨੇ ਕਰੇ ਜੀ 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 ਸਤਗੁਰ ਵਜਨ ਵਾਲੇ ਨੇ ਹੇਮਕੁੰਟ ਤੇ ਤਪੱਸਿਆ ਕੀਤੀ ਹੇਮਕੁੰਟ ਤੇ ਤਪੱਸਿਆ ਕੀਤੀ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੇ ਕਿਤਨੀ ਕੁ ਤਪੱਸਿਆ ਕੀਤੀ ਇਹ ਬਿੱਦ ਕਰਤ ਤਪੱਸਿਆ ਬਹਿਓ ਕਦੋਂ ਤੱਕ ਚੱਲਦੀ ਰਹੀ ਦਵੈ ਤੇ ਏਕ ਰੂਪ ਹੋਵੈ ਗਇਓ ਇਤਨੀ ਤਪੱਸਿਆ ਕੀਤੀ ਕਹਿੰਦੇ ਮੈਂ ਅਤੇ ਖੁਦਾ ਦੋਨੋਂ ਇੱਕ ਹੋ ਗਏ ਜੋ ਬਾਣੀ ਦੱਸ ਰਹੀ ਹੈ ਦਸਮ ਗ੍ਰੰਥ ਦੀ ਭਈ ਇਹ ਬਿੱਦ ਕਰਤ ਤਪੱਸਿਆ ਭਇਓ ਦਵੈ ਅਤੇ ਏਕ ਰੂਪ ਹੋਵੈ ਗਇਓ ਮੇਰੇ ਵਿੱਚ ਅਤੇ ਖੁਦਾ 'ਚ ਕੋਈ ਭੇਦ ਨਹੀਂ ਰਹਿ ਗਿਆ ਇਹ ਹੀ ਹੈ
ਕਬੀਰ ਜੀ ਨੇ ਵੀ ਇਸ ਨੂੰ ਵਰਣਨ ਕੀਤਾ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੇਂ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਭਗਤ ਨਾਮਦੇਵ ਜੀ ਵੀ ਕਹਿੰਦੇ ਨੇ, ਭਗਤ ਰਵਿਦਾਸ ਜੀ ਸਾਰੇ ਜੋ ਉਸ ਨਾਲ ਇੱਕ ਹੋਏ ਨੇ ਤਪ ਕਰ ਕਰਕੇ, ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭੇ ਆਸਰੇ, ਪ੍ਰਣ ਬੇ ਨਾਮਾ ਭਏ ਨਹਿਕਾਮਾ ਕੋ ਠਾਕਰ ਕੋ ਦਾਸਰੇ। ਭੇਦ ਮੁੱਕ ਗਿਆ ਕਿ ਠਾਕਰ ਕੌਣ ਹੈ ਅਤੇ ਦਾਸ ਕੌਣ ਹੈ। ਇਤਨਾ ਤਪ ਤਾਂ ਫਿਰ ਮਨ ਦੇ ਵਿੱਚ ਇਹ ਨਹੀਂ ਕਦੀ ਲਿਆਉਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਰਹੇ ਹਾਂ ਜਾਂ ਨਿਰੰਕਾਰ ਨੂੰ ਯਾਦ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਨਾ ਹੀ ਨਿਰੰਕਾਰ ਨੂੰ ਯਾਦ ਕਰਨਾ, ਬਈ ਜਿਹਨਾਂ ਨੂੰ ਲਿਖਿਆ ਕਿ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਕਿ ਉਸ ਅਕਾਲ ਪੁਰਖ ਦੇ ਜਰੇ ਜਰੇ ਦਾ ਜਾਣੂ। ਕੀ ਹੈ? ਉਸ ਅਕਾਲ ਪੁਰਖ ਦੇ ਜਰੇ ਜਰੇ ਦਾ ਜਾਣੂ। ਜੇ ਇਸ ਸ੍ਰਿਸ਼ਟੀ 'ਤੇ ਕੋਈ ਰੈਬਰ ਆਇਆ ਹੈ ਤਾਂ ਉਸ ਰੈਬਰ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ। ਉਸਦਾ ਕੀ ਨਾਂ ਸੀ? ਗੁਰੂ ਗੋਬਿੰਦ ਸਿੰਘ। ਇਹ ਵਿਦ ਕਰਤ ਤਪੱਸਿਆ ਵਹਿਓ, ਦਵੈ ਤੇ ਇੱਕ ਰੂਪ ਹਵੈ ਗਏ। ਇਹ ਤਾਂ ਪਾਤਸ਼ਾਹ ਦੀ, ਫਿਰ ਪਾਤਸ਼ਾਹ ਦੱਸਦੇ ਨੇ ਕਿ ਜਿਸ ਘਰ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀਆਂ ਦੇ ਹੋਇਆ, ਉਹਨਾਂ ਬਾਰੇ ਵੀ ਪਾਤਸ਼ਾਹ ਜੀਆਂ ਨੇ ਆਪਣੀ ਕਥਾ 'ਚ ਲਿਖਿਆ ਕਿ ਤਾਤ ਮਾਤ ਮੁਰ ਅਲੱਖ ਅਰਾਧਾ, ਜੋ ਲਿਖਿਆ ਨਹੀਂ ਜਾ ਸਕਦਾ, ਅਲੱਖ ਲਖਤਾਂ ਤੋਂ ਬਾਹਰ, ਗਿਣਨ ਤੋਂ ਬਾਹਰ। ਤਾਤ ਅਤੇ ਮਾਤ, ਮੇਰੇ ਮਾਤਾ ਅਤੇ ਪਿਤਾ ਨੇ ਵੀ ਇਸੇ ਤਰ੍ਹਾਂ ਹੀ ਗਿਣਤੀ ਤੋਂ ਬਾਹਰ ਤਪੱਸਿਆ ਕੀਤੀ ਹੈ। ਬੋਲੋ, ਤਾਤ ਮਾਤ, ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ। ਪਤਾ ਹੀ ਨਹੀਂ ਕਿਤਨੀ ਕੁ ਸਾਧਨਾ ਹੈ ਪਾਤਸ਼ਾਹ ਦੇ, ਗੁਰੂ ਦੀ ਸਾਧਨਾ। ਇੱਥੇ ਤਾਂ ਕਈ ਕਈ ਮਹਾਂਪੁਰਖ ਗੁਰਮੁਖ ਪਿਆਰੇ ਪਤਾ ਨਹੀਂ ਕਿਤਨੀ ਕਿਤਨੀ, ਔਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਅਸੀਂ ਕਦੋਂ ਕਦੇ ਸਤਿਗੁਰਾਂ ਨਾਲ ਤੁਰੇ ਆਉਂਦੇ ਹਾਂ। ਕਈਆਂ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ, ਜਿੱਦਾਂ ਗੋਇਆ ਨੰਦ ਲਾਲ ਨੇ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਅਸੀਂ ਕਦੋਂ ਕਦੇ ਤੁਹਾਡੇ ਨਾਲ ਤੁਰੇ ਆਉਂਦੇ ਹਾਂ, ਅਤੇ ਪਾਤਸ਼ਾਹ ਜੀ ਕੀ ਕਹਿਣ ਲੱਗੇ, ਕਹਿੰਦੇ ਉਦੋਂ ਅਜੇ ਸੂਰਜ ਅਤੇ ਚੰਦਰਮਾ ਅਤੇ ਧਰਤੀ ਵੀ ਨਹੀਂ ਸਨ ਬਣੇ, ਉਦੋਂ ਵੀ ਤੂੰ ਸਾਡੇ ਨਾਲ ਸੀ। ਇਸ ਕਰਕੇ ਇਤਨਾ ਤੇ ਐਸੇ ਗੁਰੂ ਦੇ ਤਪ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਤਾਤ ਮਾਤ ਮੁਰ ਲਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ। ਉਹ ਨਾ ਲਖਤਾ ਵਾਲਾ ਅਕਾਲ ਪੁਰਖ ਵਾਹਿਗੁਰੂ ਕਿਤਨੀ ਕੁ ਉਹਨਾਂ ਦੀ ਸੇਵਾ ਕੀਤੀ ਹੈ, ਤਾਂ ਇਤਨੀ ਕੁ ਕੀਤੀ ਹੈ ਕਿ ਉਸ ਸੇਵਾ ਉਹੀ ਹੁੰਦੀ ਹੈ ਕਿ ਗੁਰੂ ਦੀ ਪ੍ਰਸੰਨਤਾ, ਨਿਰੰਕਾਰ ਦੀ ਪ੍ਰਸੰਨਤਾ।
ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਗੁਰਾਂ ਦਾ ਗੁਰੂ ਅਕਾਲ ਪੁਰਖ ਖੁਸ਼ ਹੋ ਗਿਆ, ਕਿਨ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਤੇ ਤੇ ਮਾਤਾ ਗੁਜਰੀ ਜੀਆਂ ਦੀ ਸੇਵਾ ਦੇ ਉੱਤੇ। ਤਾਤ ਮਾਤ ਮੁਰ ਅਲਖ ਰਾਧਾ, ਬਹੁ ਵਿਧ ਯੋਗ ਸਾਧਨਾ ਸਦਾ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪ੍ਰਸੰਨ ਭਏ ਹੈ ਗੁਰਦੇਵਾ। ਉਹਨਾਂ ਦੀ ਸੇਵਾ ਤੇ ਸਤਿਗੁਰਾਂ ਦਾ ਤਪ ਤੇ ਸ੍ਰਿਸ਼ਟੀ ਦੀਆਂ ਪੁਕਾਰਾਂ ਕਿ ਹੁਣ ਇਹਨੂੰ ਕੋਈ ਥੰਮ ਦੇਣ ਵਾਲਾ ਤਾਂ ਉਹ ਕੌਣ ਨੇ? ਸਤਿਗੁਰਾਂ ਤੇ ਨਿਗਾਹ ਪਈ ਹੈ ਕਿ ਹੁਣ ਇਸ ਜ਼ੁਲਮ ਦਾ ਟਾਕਰਾ ਤੁਸੀਂ ਕਰ ਸਕਦੇ ਹੋ। ਤਿੰਨ ਪ੍ਰਭ ਜਬ ਆਇਸ ਮੋਹੇ ਦੀਆ, ਆਉਣ ਦਾ ਹੁਕਮ ਦਿੱਤਾ, ਆਗਿਆ ਕੀਤੀ ਕਿ ਤੁਹਾਨੂੰ ਹੁਣ ਇਸ ਮਾਤ ਲੋਕ ਵਿੱਚ ਜਾਣਾ ਪੈਣਾ, ਧਰਤੀ ਤੇ ਜਾਣਾ ਪੈਣਾ ਜੀਵਾਂ ਦੀ ਕਲਿਆਣ ਦੇ ਵਾਸਤੇ। ਪਾਤਸ਼ਾਹ ਆਪਣੀ ਕਥਾ ਦੱਸ ਰਹੇ ਨੇ, ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਸੁਨੇਹਾ ਦਿੱਤਾ ਖੁਦ ਖੁਦਾ ਨੇ। ਕਿਨ੍ਹਾਂ ਨੂੰ? ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਰਿਸ਼ੀ ਨੂੰ, ਹੁਣ ਤੁਹਾਨੂੰ ਇਸ ਤਪੱਸਿਆ ਚੋਂ ਉਥਾਟ ਹੋਣਾ ਪਊਗਾ, ਸਮਾਧੀ ਖੋਲਣੀ ਪਏਗੀ ਔਰ ਤੁਹਾਨੂੰ ਸਾਡਾ ਹੁਕਮ ਮੰਨਣਾ ਪੈਣਾ ਹੈ ਤੇ ਤੁਹਾਨੂੰ ਜਾਣਾ ਪੈਣਾ ਹੈ ਮਾਤ ਲੋਕ ਦੇ ਵਿੱਚ। ਪਾਤਸ਼ਾਹ ਦੱਸਦੇ ਨੇ ਪੈ ਤਿੰਨ ਪ੍ਰਭ ਜਬ ਆਏ ਸਮੋਹੇ ਦੀਆ, ਤਬ ਹਮ ਜਨਮ ਕੱਲੂ ਮੈਂ ਲਿਆ, ਲੈਣਾ ਪਿਆ। ਪਰ ਪਾਤਸ਼ਾਹ ਦੇਖੋ ਇਹ ਆਨੰਦ ਕਿਹੋ ਜਿਹਾ ਹੈ ਬਾਣੀ ਦਾ, ਅਸੀਂ ਤਾਂ ਘੜੀ ਕੁ ਖੁੱਭ ਕੇ ਨਹੀਂ ਦੇਖਿਆ। ਪਾਤਸ਼ਾਹ ਇਤਨੇ ਲੰਬੇ ਤਪ ਤੋਂ ਬਾਅਦ ਵੀ ਆ ਕੇ ਖੁਸ਼ ਨਹੀਂ ਸਨ, ਜੋ ਪਾਤਸ਼ਾਹ ਆਪਣੀ ਕਥਾ 'ਚ ਦੱਸ ਰਹੇ ਨੇ। ਪੈ ਚੇਤਨ ਭਇਓ ਹਮਰੋ ਆਵਣ ਕੈ, ਸਾਡਾ ਬਿਲਕੁਲ ਵੀ ਚਿੱਤ ਨਹੀਂ ਸੀ ਕਿ ਅਸੀਂ ਜਾਈਏ। ਕਿਉਂ? ਚੁੱਭੀ ਰਹੀ ਸਰੁੱਤ ਪ੍ਰਭ ਚਰਨਨ ਮੈਂ, ਉਸ ਅਕਾਲ ਪੁਰਖਾਂ ਦੇ ਚਰਨ ਦੇ ਵਿੱਚ, ਪਵਿੱਤਰ ਚਰਨਾਂ 'ਚ। ਮਹਾਰਾਜ ਕਹਿੰਦੇ ਸਾਡੀ ਸੁਰਤ ਖੁੱਭ ਚੁੱਕੀ ਸੀ, ਜਿਹੜੀ ਸਾਨੂੰ ਕੱਢਣੀ ਵੀ ਔਖੀ ਸੀ, ਜਿਹੜੀ ਕੱਢਣੀ ਬਿਲਕੁਲ ਵੀ ਚਿੱਤ ਨਹੀਂ ਸੀ। ਭਈ ਪਰ ਹੁਣ ਲੋ ਪੜ੍ਹ ਲਓ ਸਾਰੇ ਜਾਣੇ ਨਾਲ। ਉਚਿਤ ਕਰੇ ਨਾ ਜਗਤ ਵਿੱਚ ਆਉਣ ਨੂੰ, ਲੱਗੀਐ ਪ੍ਰੀਤੀ ਚਰਨੀ ਚ ਕਰੇ ਨਾ ਜਗਤ ਉੱਤੇ ਆਉਣ ਨੂੰ, ਲੱਗੀ ਸੀ ਪ੍ਰੀਤੀ ਚਰਨੀ ਚ
ਨੂੰ ਲੱਗੀ ਸੀ ਪ੍ਰੀਤੀ ਚਰਨੀ ਜਿਤ ਕਰਨ ਜਗਤ ਉੱਤੇ ਆਉਣ ਨੂੰ ਲੱਗੀ ਸੀ ਪ੍ਰੀਤੀ ਚਰਨੀ ਚਰੇ ਜੀ ਲੱਗੀ ਸੀ ਪ੍ਰੀਤੀ ਚਰਨੀ ਸੰਗਤੇ ਲੱਗੀ ਸੀ ਪ੍ਰੀਤੀ ਚਰਨੀ ਚਿਤ ਕਰੇ ਨਾ ਜਗਤ ਉੱਤੇ ਆਉਣ ਨੂੰ ਚਿਤ ਕਰੇ ਨਾ ਜਗਤ ਵਿੱਚ ਆਉਣ ਨੂੰ ਕਰੇ ਨਾ ਕਰਨ ਜਗਤ ਉੱਤੇ ਆਉਣ ਨੂੰ ਜੀ ਲੱਗੀ ਚਿਤ ਕਰਨ ਜਗਤ ਉੱਤੇ ਆਉਣ ਨੂੰ ਮੈਂ ਚਿਤ ਨਾ ਪਇਓ ਹਮਰੋ ਆਵਨ ਕਹਿ ਚੁੱਭੀ ਰਹੀ ਸਰੁਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ ਖੁਦ ਜੀ ਨਹੀਂ ਸੀ ਕਰਦਾ ਉਹਨੂੰ ਲੇਕਿਨ ਉਸ ਅਕਾਲ ਪੁਰਖ ਨੇ ਸਮਝਾਉਣਾ ਕੀਤਾ ਇਹ ਕਹਿੰਦੇ ਸਾਨੂੰ ਕੀ ਸਮਝਾਇਮ ਕਹਿ ਕੇ ਇਹ ਲੋਕ ਪਠਾਇਓ ਇਸ ਤਰ੍ਹਾਂ ਦੇ ਨਾਲ ਸਾਨੂੰ ਆਖਿਆ ਹੈ ਕੀ ਆਖਿਆ ਹੈ ਇਮ ਕਹਿ ਕੇ ਇਹ ਲੋਕ ਪਠਾਇਓ ਸਮਝਾਇਆ ਹੈ ਅੱਜ ਇੱਕ ਨਵਾਂ ਰਿਸ਼ਤਾ ਬਣਿਆ ਹੈ ਇਸ ਜਗਤ ਵਿੱਚ ਜੋ ਇਸ ਤੋਂ ਪਹਿਲੇ ਅਕਾਲ ਪੁਰਖ ਨੇ ਕਿਸੇ ਦੇ ਨਾਲ ਨਹੀਂ ਬਣਾਉਣਾ ਕੀਤਾ ਉਹ ਰਿਸ਼ਤਾ ਕੀ ਆ ਮੈਂ ਆਪਣਾ ਸੁੱਤ ਤੋਹੇ ਨਵਾਜਾ
ਤੂੰ ਪਹਿਲਾ ਪੈਗੰਬਰ ਇਸ ਸ੍ਰਿਸ਼ਟੀ 'ਤੇ ਜਾਏਗਾ ਜਿਸ ਨੂੰ ਮੈਂ ਆਪਣਾ ਪੁੱਤ ਆਖਿਆ ਹੈ। ਬੋਲੋ, ਮੈਂ ਆਪਣਾ ਸੁੱਤ। ਆਪਾਂ ਕਹਿੰਦੇ ਅਕਾਲ ਪੁਰਖ ਦਾ ਕੌਣ ਪੁੱਤਰ ਹੈ, ਉਹ ਕੌਣ ਨੇ? ਗੁਰੂ ਗੋਬਿੰਦ ਸਿੰਘ, ਜੋ ਆਪਣੀ ਕਥਾ ਆਪ ਬਖਿਆਨ ਕਰ ਰਹੇ ਨੇ, ਜੋ ਸਤਿਗੁਰਾਂ ਦੇ ਵਿੱਚ ਅਤੇ ਉਸ ਨਿਰੰਕਾਰ ਦੇ ਵਿੱਚ ਦੋਨਾਂ ਦੇ ਵਿੱਚ ਚੱਲ ਰਿਹਾ, ਉਹ ਸਾਨੂੰ ਦੱਸ ਰਹੇ ਨੇ ਸਤਿਗੁਰ ਜੀ। ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਕੋਈ ਦੂਸਰਾ ਨਹੀਂ, ਪੰਥ ਅਕਾਲ ਪੁਰਖ ਦਾ ਰਾਹ ਦਿਖਾਉਣਾ, ਉਹ ਅਕਾਲ ਪੁਰਖ ਦਾ ਰਾਹ ਦਿਖਾਉਣ ਵਾਲੇ ਪੰਥ ਦੀ ਤੁਸੀਂ ਸਾਜਨਾ ਕਰਨੀ ਹੋਊਗੀ, ਉਸ ਪੰਥ ਦਾ ਤੁਸੀਂ ਪ੍ਰਚਾਰ ਕਰਨਾ ਹੋਵੇਗਾ। ਜਹਾਂ ਤਹਾਂ ਤੁਮ ਧਰਮ ਚਲਾਏ, ਜਿੱਥੇ ਵੀ ਇਹ ਧਰਮ ਚਲੇਗਾ, ਕਬੁੱਧ ਕਰਨ 'ਤੇ ਲੋਕ ਹਟਾਏ, ਲੋਕਾਂ ਨੂੰ ਤੁਸੀਂ ਮਾੜੇ ਕੰਮਾਂ ਤੋਂ ਹਟਾਉਣਾ ਹੈ, ਕਰਮਾਂ ਤੋਂ ਹਟਾਉਣਾ ਹੈ, ਵਾਸ਼ਨਾਵਾਂ ਤੋਂ ਹਟਾਉਣਾ, ਈਰਖਾ ਦਵੈਸ ਤੋਂ ਕੱਢਣਾ ਹੈ। ਨਹੀਂ, ਇਹ ਪੰਥ ਤੁਹਾਨੂੰ ਚਲਾਉਣਾ ਹੈ ਜਾ ਕੇ। ਤੇਰਾ ਅਤੇ ਮੇਰਾ ਰਿਸ਼ਤਾ ਪਿਓ ਅਤੇ ਪੁੱਤ ਵਾਲਾ ਹੈ। ਨਹੀਂ, ਮੈਂ ਆਪਣਾ ਸੁੱਤ ਤੋਹੇ ਨਵਾਜਾ। ਮਹਾਂਪੁਰਖ ਵੀ ਪੜ੍ਹਿਆ ਕਰਦੇ ਸਨ, ਪੜ੍ਹੋ ਸਾਰੇ ਜਾਣੇ। ਉਹ ਤਿੰਨ ਪੁੱਤਰ ਬਣਾ ਕੇ ਮੈਂ ਤੋਰਾ, ਪੰਥ ਸਜਾਦੀ ਖਾਲਸਾ। ਤੇ ਪੁੱਤਰ ਬਣਾ ਕੇ ਮੈਂ ਤੋਰਾ, ਪੰਥ ਸਜਾਮੀ ਖਾਲਸਾ। ਤੈਨੂੰ ਪੁੱਤਰ ਬਣਾ ਕੇ ਮੈਂ ਤੋਰਾ, ਪੰਥ ਸਜਾਮੀ ਖਾਲਸਾ। ਤੇ ਪੁੱਤਰ ਬਣਾ ਕੇ ਮੈਂ ਤੋਰਾ, ਪੰਥ ਸਜਾਮੀ ਖਾਲਸਾ। ਯਾਰੀ ਜੀ ਪੰਥ ਸਜਾਮੀ ਖਾਲਸਾ, ਯਾਰੀ ਜੀ
ਪੰਥ ਸੁਜਾਮੀ ਖਾਲਸਾ ਪੁੱਤਰ ਬਣਾ ਕੇ ਤੋਰਾ ਤੈਨੂੰ ਪੁੱਤਰ ਬਣਾ ਕੇ ਤੋਰਾ ਪੰਥ ਸੁਜਾਮੀ ਖਾਲਸਾ ਪਿਆਰ ਜੀ ਪੰਥ ਸੁਜਾਮੀ ਖਾਲਸਾ ਤੈਨੂੰ ਪੁੱਤਰ ਬਣਾ ਕੇ ਤੈਨੂੰ ਪੁੱਤਰ ਬਣਾ ਕੇ ਮੈਂ ਤੋਰਾਂ ਵੇ ਸਤਿਗੁਰਾਂ ਦੇ ਕੋਲੋਂ ਆਪਾਂ ਹਮੇਸ਼ਾ ਹੀ ਸਿੱਖਿਆ ਲੈਣੀ ਹੈ ਅਤੇ ਸਿੱਖੀ ਸਿੱਖਣ ਵਾਲੀ ਚੀਜ਼ ਹੈ ਔਰ ਸਾਰੀ ਉਮਰ ਸਿੱਖਿਆ ਲੰਘਦੇ ਲੈਂਦੇ ਲੰਘਦੀ ਹੈ ਅਤੇ ਲੰਘੇ ਵੀ ਇਸੇ ਤਰ੍ਹਾਂ ਹੀ ਠੀਕ ਹੈ ਨਾ ਜੀ ਸਿੱਖਣਾ ਹੈ ਹੈਰਾਨ ਹਾਂ ਕਿ ਨਿਰੰਕਾਰ ਨੇ ਪੁੱਤਰ ਸ਼ਬਦ ਵੀ ਬੋਲ ਦਿੱਤਾ ਠੀਕ ਹੈ ਨਾ ਜੀ ਜੋ ਕੁਛ ਦੇਖੋ ਉਸ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਿੱਤਾ ਉਹ ਹੀ ਹੂਬ ਹੂਬ ਅੱਗੇ ਸਤਿਗੁਰ ਪਾਤਸ਼ਾਹ ਜੀਆਂ ਨੇ ਸਿੱਖਾਂ ਨੂੰ ਦਿੱਤਾ ਅਕਾਲ ਪੁਰਖ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੂੰ ਬਚਨ ਕੀਤਾ ਕਿ ਤੂੰ ਸਾਡਾ ਪੁੱਤਰ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਬਚਨ ਕਰ ਦਿੱਤਾ ਕਿ ਤੁਸੀਂ ਸਾਡੇ ਪੁੱਤਰ ਹੈ ਅਸੀਂ ਤੁਹਾਡੇ ਪਿਤਾ ਹੈ ਜਿਹੋ ਜੀ ਦਾਤ ਨਿਰੰਕਾਰ ਦੇ ਦੇਸ਼ 'ਚੋਂ ਆਈ ਉਹ 'ਚ ਕੋਈ ਫਰਕ ਨਹੀਂ ਪਾਇਆ ਹੈ ਸਾਡੇ ਨਾਲ ਜੋ ਰਿਸ਼ਤਾ ਰੱਖਿਆ ਉਹ ਕਾਹਦਾ ਰੱਖਿਆ ਪਿਓ ਅਤੇ ਪੁੱਤ ਵਾਲਾ ਪਰ ਹੇ ਵਾਹਿਗੁਰੂ ਇੱਕ ਦੁਨਿਆਵੀ ਪੁੱਤਰ ਵੀ ਹੁੰਦੇ ਨੇ ਉਹ ਵੀ ਆਪਣੇ ਘਰ ਨੂੰ ਪੂਰਨ ਤੌਰ 'ਤੇ ਸਾਂਭਦੇ ਨੇ ਅਤੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਈਏ ਅਤੇ ਅਸੀਂ ਗੁਰੂ ਦੇ ਘਰਾਂ ਨੂੰ ਸਾਂਭੀਏ ਨਾ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਸਿੱਖ ਹਾਂ ਪਿੰਡਾਂ 'ਚ ਗੁਰਦੁਆਰੇ ਨੇ ਗੁਰੂ ਦੇ ਘਰ ਨੇ ਇੱਕ ਦੁਨਿਆਵੀ ਬੱਚਾ ਵੀ ਆਪਣੇ ਘਰ ਨੂੰ ਸਾਂਭਦਾ ਹੈ
ਤੇ ਅਸੀਂ ਆਪਣਾ ਘਰ ਕਿਉਂ ਨਾ ਸਾਂਭੀਏ ਪਾਏ। ਇਹ ਆਪਣੇ ਅੰਦਰ ਸਰਧਾ ਰੱਖੋ ਕਿ ਪਾਤਸ਼ਾਹ ਇਸਦੇ ਜੋਗ ਸਾਨੂੰ ਬਣਾਓ, ਤੇਰੇ ਬੱਚੇ ਹੈ ਤੇ ਸਾਨੂੰ ਆਪਣੇ ਘਰ ਨਾਲ ਨਹੀਂ ਇੰਨਾ ਪਿਆਰ ਜਿੰਨਾ ਬਾਹਰਲੇ ਘਰਾਂ ਨਾਲ ਪਿਆਰ ਹੈ। ਇਹ ਸੱਚਾਈ ਹੈ ਨਾ। ਤੋ ਜੇ ਅਸੀਂ ਸਤਿਗੁਰਾਂ ਦੇ ਤੇ ਫਿਰ ਇਸ ਘਰ ਨਾਲ ਪਿਆਰ ਹੋਣਾ ਚਾਹੀਦਾ। ਇਤਨਾ ਬਚਨ ਕਰਨ ਤੋਂ ਬਾਅਦ ਪਾਤਸ਼ਾਹ ਦਾ ਮੈਂ ਦੇਖ ਕੇ ਤੇ ਮਹਾਰਾਜ ਦੇ ਬੋਲ ਮਨ ਭਰਦਾ ਹੈ ਕਿ ਐਡੀ ਤਪੱਸਿਆ ਅਧਿਕ ਆਖੀ ਹੈ ਜਿਹਦੀ ਕੋਈ ਗਿਣਤੀ ਵੀ ਨਹੀਂ ਹੋ ਸਕਦੀ, ਤੇ ਫਿਰ ਆਪ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਕੇ ਤੇ ਉਹਨਾਂ ਦੇ ਸਨਮੁੱਖ ਆਪ ਖੜ੍ਹੇ ਹੋਏ ਹੋ। ਤੇ ਖੜ੍ਹੇ ਹੋਣ ਦਾ ਤਰੀਕਾ ਕੀ ਹੈ? ਠਾਠ ਪਿਓ ਮੈਂ ਜ਼ੋਰ ਕਰ, ਠਾਠ ਨਾਮ ਖੜ੍ਹੇ, ਇੱਕ ਠਾਂਡ ਠੰਡ ਬਿੰਦੀ ਲੱਗ ਕੀਤਾ, ਠਾਠ ਖੜ੍ਹੇ ਹੋਣਾ, ਜਿੱਦਾਂ ਸਿਰ ਉੱਪਰ ਠਾਡਾ ਗੁਰ ਸ਼ੂਰਾ, ਉੱਥੇ ਠਾਂਡਾ ਨਹੀਂ ਕਹਿਣਾ, ਠਾਡਾ ਮੇਰੇ ਸਿਰ 'ਤੇ ਗੁਰੂ ਸੂਰਮਾ ਖੜ੍ਹਾ ਹੈ। ਠਾਠ ਪਿਓ ਮੈਂ ਜ਼ੋਰ ਕਰ, ਪਾਤਸ਼ਾਹ ਕਹਿੰਦੇ ਕਿ ਜਿਸ ਵੇਲੇ ਆਖਿਆ ਕਿ ਪੰਥ ਸਜਾਉਣਾ ਹੈ ਔਰ ਖੁਦਾ ਦਾ ਪ੍ਰਚਾਰ ਕਰਨਾ ਹੈ, ਤੇ ਮਹਾਰਾਜ ਕਹਿੰਦੇ ਮੈਂ ਉਸ ਅਕਾਲ ਪੁਰਖ ਦੇ ਅੱਗੇ ਦੋਨੋਂ ਹੱਥ ਜੋੜ ਕੇ ਖੜ ਗਿਆ। ਅਸੀਂ ਜੇ ਕਿਸੇ ਨੂੰ ਵੀ ਕੋਈ ਸ਼ਬਦ ਕਹੋ, ਉਹ ਕੀ ਅੱਗੇ ਉਹ ਕਹਿਣਗੇ ਤੁਸੀਂ ਫਿਕਰ ਹੀ ਨਾ ਕਰੋ, ਕਰ ਹੀ ਦਿੱਤਾ ਅਸੀਂ, ਪਾਤਸ਼ਾਹ ਤੋਂ ਸਿੱਖੋ। ਪਾਤਸ਼ਾਹ ਕੀ ਕਹਿ ਰਹੇ ਨੇ? ਠਾਠ ਪਿਓ ਮੈਂ ਜ਼ੋਰ ਕਰ, ਬਚਨ ਕਹਾਂ ਸਿਰ ਨਿਆਏ। ਦੋਨੋਂ ਹੱਥ ਜੋੜ ਕੇ ਤੇ ਸੀਸ ਬਿਲਕੁਲ ਨੀਵਾ ਕਰਕੇ ਤੇ ਅਕਾਲ ਪੁਰਖ ਨੂੰ ਬਚਨ ਕਰ ਰਹੇ ਨੇ, ਕਿਉਂਕਿ ਵੱਡੇ ਨੂੰ ਬਚਨ ਕਰਨਾ ਹੈ ਤੇ ਸੀਸ ਨਿਭਾਉਣਾ ਪੈਣਾ ਹੈ। ਬੇਸ਼ੱਕ ਇੱਕ ਰੂਪ ਹੋਏ ਪਏ ਨੇ। ਠਾਠ ਪਿਓ ਮੈਂ ਜ਼ੋਰ ਕਰ, ਬਚਨ ਕਹਾਂ ਸਿਰ ਨਿਆਏ। ਤੇ ਬਚਨ ਕੀ ਕੀਤਾ? ਪੰਥ ਚਲੇ ਤਬ ਜਗਤ ਮੈਂ, ਇਹ ਪੰਥ ਤਾਂ ਹੀ ਜਗਤ ਵਿੱਚ ਚੱਲੇਗਾ ਜਬ ਤੁਮ ਕਰੋ ਸਹਾਏ। ਦੇਖੋ ਪਾਤਸ਼ਾਹ ਦੀ ਨਿਮਰਤਾ। ਅਸੀਂ ਮੈਂ ਦੇ ਵਿੱਚ ਕੋਈ ਬਚਦਾ ਹੈ ਜਿਹੜਾ ਅਪੰਥ ਤੋਂ ਉੱਚਾ ਚਲਿਆ ਜਾਏ? ਗੁਰੂ ਪਾਤਸ਼ਾਹ ਦਾ ਤੇ ਨਿਰੰਕਾਰ ਦਾ ਦੇਖੋ ਇਹ ਹੀ ਸਾਡਾ ਤੇ ਗੁਰੂ ਦਾ ਹੋਣਾ ਚਾਹੀਦਾ ਹੈ। ਠਾਠ ਪਿਓ ਮੈਂ ਜ਼ੋਰ ਕਰ, ਪੜ੍ਹ ਵੀ ਲਓ ਸਾਰੇ ਜਾਣੇ ਤੇ ਇਹੋ ਜਿਹੀ ਅਰਦਾਸ ਵੀ ਕਰੋ ਕਿ ਪਾਤਸ਼ਾਹ ਸਾਨੂੰ ਵੀ ਇਹੋ ਜਿਹੇ ਬਣਾਓ। ਠਾਠ ਪਿਓ ਮੈਂ ਜ਼ੋਰ ਕਰ, 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 ਬਚਨ ਕਾ ਸਿਰ ਨਿਆਏ। ਠਾਠ ਪਿਓ ਮੈਂ ਜ਼ੋਰ ਕਰ, ਠਾਠ ਪਿਓ ਮੈਂ ਜ਼ੋਰ ਕਰ।
ਬਚਨ ਕਾ ਸਿਰ ਨਿਆਏ ਛੱਡ ਪਿਓ ਮੈਂ ਜੋਰ ਕਰ ਪੰਥ ਚਲੇ ਤਬ ਜਗਤ ਮੈਂ 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 ਜਬ ਤੁਮ ਕਰੋ ਸਹਾਇ ਪੰਥ ਚਲੇ ਤਬ ਜਗਤ ਮੈਂ ਜਾਂ ਤੂੰ ਕਰੋ ਸਹਾਇ ਪੰਥ ਚਲੇ ਤਬ ਜਗਤ ਮੈਂ ਇਸ ਤਰ੍ਹਾਂ ਦੇ ਨਾਲ ਖਾਲਸੇ ਦਾ ਗੁਰੂ ਉਸ ਨਿਰੰਕਾਰ ਦੇ ਸਨਮੁੱਖ ਖੜਾ ਹੈ ਅਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਇਸ ਤਰ੍ਹਾਂ ਹੀ ਖੜਨਾ ਚਾਹੀਦਾ ਹੈ। ਹਰ ਕੰਮ ਦੇ ਵਾਸਤੇ ਇਹ ਕਹਿਣਾ ਚਾਹੀਦਾ ਹੈ ਕਿ ਇਹ ਪਾਤਸ਼ਾਹ ਜੇ ਤੁਸੀਂ ਸਹਾਈ ਹੋਵੋਗੇ ਤਾਂ ਫਿਰ ਇਹ ਹੋ ਸਕਦਾ ਹੈ, ਜੇ ਤੁਸੀਂ ਸਹਾਈ ਹੋਵੋ। ਇਹ ਮਨਾਂ 'ਚੋਂ ਕੱਢ ਦਿਓ ਕਿ ਮੈਂ ਕਰ ਦਊਂਗਾ, ਜਿਸ ਦੇ ਵਿੱਚ ਮੈਂ ਹੋ ਗਈ ਹੈ ਉਹ ਕੰਮ ਸਫਲਾ ਨਹੀਂ ਹੈ। ਹੋ ਵੀ ਜਾਏ ਪਰ ਹੰਕਾਰ ਦੇ ਵਿੱਚ ਕੀਤਾ ਹੋਇਆ ਉਸ ਖੁਦਾ ਨੂੰ ਨਹੀਂ ਪਾਉਂਦਾ, ਭਾਵੇਂ ਸਾਰੇ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਔਰੰਗਜ਼ੇਬ ਜਹਾਂਗੀਰ ਬਹਿ ਗਏ ਪਰ ਖੁਦਾ ਨੂੰ ਨਹੀਂ ਪਾਏ। ਉਹਦੀ ਦਰਗਾਹ 'ਚ ਤਾਂ ਝੂਠੇ ਹੀ ਰਹੇ ਨਾ ਉਹ, ਠੀਕ ਹੈ। ਇਸ ਕਰਕੇ ਪਹਿਲੇ ਅੱਗੇ ਗੁਰੂ ਨੂੰ ਰੱਖੋ ਫਿਰ ਪੈਸੇ। ਇਸੇ ਨੂੰ ਹੀ ਕਹਿ ਦਿੰਦੇ ਨੇ ਗੁਰ ਸਿੱਖ ਗੁਰ ਮੁੱਖ। ਕੀ ਕਹਿੰਦੇ ਨੇ? ਗੁਰ ਸਿੱਖ, ਅੱਗੇ ਗੁਰੂ ਹੈ ਪਿੱਛੇ ਸਿੱਖ ਹੈ, ਅੱਗੇ ਗੁਰੂ ਹੈ ਭਈ। ਤੋ ਇਸੇ ਦੇ ਨਾਲ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਸਮਝੋ ਕਿ ਮੈਂ ਤੁਰਿਆ ਜਾਂਦਾ ਪਰ ਮੇਰੇ ਅੱਗੇ ਪਹਿਲੇ ਮੇਰਾ ਗੁਰੂ ਤੁਰਿਆ ਜਾਂਦਾ, ਤੇਰੀ ਕਦੇ ਵੀ ਹਾਰ ਹੀ ਨਹੀਂ ਹੋਏਗੀ। ਜੈ ਜੈ ਪੇਖੋ ਤੈ ਹਦੂ ਦੂਰ ਕਤਹੂ ਨਾ ਜਾਈ, ਰੱਬ ਰਹਿਆ ਸਰਵੱਤਰ ਮੈਂ ਮਨ ਸਦਾ
ਧਿਆਈ ਇਹ ਉਹ ਗੁਰੂ ਈ ਤੂਤ ਨਹੀਂ ਵਿਸੜੇ ਸੋ ਸੰਗੀ ਗਣੀਐ ਬਿਣਸ ਜਾਏ ਜੋ ਨਿਮਖ ਮੇ ਸੋ ਅਲਪ ਸੁਖ ਪਾਣੀ। ਝੂਠੇ ਨੇ ਦੁਨੀਆਂ ਦੇ ਦਾਵੇ, ਗੁਰੂ ਨੂੰ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਨੂੰ ਬਸ ਕੀ ਹੈ ਕਹਿ ਦਿੰਦੇ ਕਿ ਜੇ ਤੇ ਕਹੋ ਹਾਜ਼ਰ ਹੈ ਨਾਜ਼ਰ ਹੈ। ਬਹੁਤ ਅੱਛਾ, ਮਹਾਂਪੁਰਖ ਇੱਕ ਵਚਨ ਕਰਿਆ ਕਰਦੇ ਸਨ ਕਿ ਗੁਰੂ ਨੂੰ ਕਹਿਣਾ ਕਿ ਮੇਰੇ ਨਾਲ ਹਾਜ਼ਰ ਨਾਜ਼ਰ, ਹਾਜ਼ਰਾ ਹਜ਼ੂਰ ਜਾਹਰਾ ਜਹੂਰ, ਇਹ ਕਹਿ ਦੇਣਾ ਕਿ ਗੈਰ ਹਾਜ਼ਰ ਹੈ ਨਹੀਂ ਭਈ। ਕਹਿੰਦੀ ਗੈਰ ਹਾਜ਼ਰ ਜਾਂ ਹੈ ਨਹੀਂ ਕਹਿਣਾ ਸ਼ਬਦ ਗੈਰ ਹਾਜ਼ਰ ਨਹੀਂ, ਇਹ ਤੋਂ ਵੱਡਾ ਕੋਈ ਕਹਿਰ ਨਹੀਂ। ਬੋਲੋ, ਇਸ ਤੋਂ ਵੱਡਾ ਕੋਈ ਕਹਿਰ ਨਹੀਂ ਜਿਹੜਾ ਇੱਕ ਤੀਲੇ ਤੀਲੇ ਦੇ ਵਿੱਚ ਰੰਭਿਆ ਹੋਇਆ ਹੋਵੇ ਅਤੇ ਉਸਨੂੰ ਕਹਿ ਦੇਣਾ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗੁਰੂ ਨਹੀਂ ਹੈ। ਗੁਰੂ ਕੀ ਹੈ? ਹਨੇਰੇ ਦਾ ਪ੍ਰਕਾਸ਼। ਅਤੇ ਇਹ ਜਿਹੜਾ ਪ੍ਰਕਾਸ਼ ਕਰ ਰਿਹਾ ਹੈ ਇਹ ਵੀ ਕਹਿ ਰਿਹਾ ਨਵੋਂ ਸੂਰਜ ਸੂਰਜ, ਮੈਂ ਉਸਨੂੰ ਨਮਸਕਾਰ ਕਰਦਾ ਹਾਂ। ਭਈ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ, ਕਰੋੜਾਂ ਇੰਦਰ ਕਰੋੜਾਂ ਬ੍ਰਹਮੇ ਕਰੋੜਾਂ ਸੂਰਜ ਕਰੋੜਾਂ ਚੰਦਰਮੇ, ਇਹ ਦਸਮ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਇਹਦਾ ਵਿਖਿਆਨ ਕਰ ਰਹੇ ਹਨ। ਕੌਣ? ਗੁਰੂ ਗੋਬਿੰਦ ਸਿੰਘ। ਇੱਥੇ ਤਾਂ ਇੱਕ ਨਜ਼ਰ ਨਹੀਂ ਆਉਂਦਾ ਹੈ, ਪਾਤਸ਼ਾਹ ਦੀ ਦ੍ਰਿਸ਼ਟੀ ਦੇਖੋ, ਅਸੀਂ ਇੱਕ ਸੂਰਜ ਇੱਕ ਚੰਦਰਮਾ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਕੀ ਕਹਿ ਰਹੀ ਹੈ? ਕੋਟ ਇੰਦਰ ਅਸੀਂ ਇੱਕ ਸੁਣਿਆ, ਬ੍ਰਹਮਾ ਇੱਕ ਸੁਣਿਆ, ਪਰ ਗੁਰੂ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਕਹਿ ਰਹੀ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਜਲੇਸ। ਇਹੀ ਦਸਤਗੀਰ ਫਕੀਰ ਨੇ ਗੁਰੂ ਨਾਨਕ ਦੇ ਉੱਤੇ ਸ਼ੰਕਾ ਕੀਤਾ ਸੀ ਕਿ ਸਾਡੇ ਧਰਮ ਦੇ ਵਿੱਚ ਸੱਤ ਅਕਾਲ ਅਤੇ ਸੱਤ ਪਤਾਲ ਮੰਨੇ ਨੇ, ਇਹ ਫਕੀਰ ਕੁਫਰ ਤੋਲ ਰਿਹਾ ਹੈ। ਇਹ ਕਹਿ ਰਿਹਾ ਅਗਾਂਹ ਲੱਖ ਅਗਾਸਾਂ, ਇਹ ਲੱਖਾਂ ਪਾਤਾਲਾਂ ਪਾਤਾ, ਲੱਖ ਅਗਾਸਾਂ, ਲੱਖ ਸ਼ਬਦ ਦੋਨਾਂ ਲਈ ਕੋਮਨ ਹੋ ਗਿਆ, ਲੱਖਾਂ ਹੀ ਪਤਾਲ ਲੱਖਾਂ ਹੀ ਅਗਾਸ ਦੱਸ ਰਿਹਾ, ਇਹ ਤਾਂ ਕੁਫਰ ਤੋਲ ਰਿਹਾ ਹੈ। ਪਾਤਸ਼ਾਹ ਕਹਿੰਦੇ ਦਸਤਗੀਰ ਨਹੀਂ, ਤੈਨੂੰ ਸੱਤਾਂ ਜਿੰਨੀ ਦ੍ਰਿਸ਼ਟੀ ਦਿੱਤੀ, ਹੋ ਸਕਦਾ ਕਿਸੇ ਕੋਲੋਂ ਇੱਕ ਜਿੰਨੀ ਹੀ ਹੋਵੇ। ਉਹ ਕਹਿੰਦਾ ਉਹ ਇੱਕ ਹੀ ਹੈ, ਜਿੱਦਾਂ ਅਸੀਂ ਕਹਿ ਦਿੱਤਾ ਇੱਕ ਹੀ ਸੂਰਜ ਹੈ ਇੱਕ ਹੀ ਚੰਦਰਮਾ ਹੈ, ਪਰ ਗੁਰੂ ਗੋਬਿੰਦ ਸਿੰਘ ਦੀ ਤੈਨੂੰ ਸ਼ੁਕਰ ਕਰ ਕਿ ਉਹਨਾਂ ਤੋਂ ਉੱਚਿਆਂ ਚੁੱਕ ਕੇ ਸੱਤਾਂ ਜਿਹਨਾਂ ਨੂੰ ਲੱਖਾਂ ਦੀ ਦਿੱਤੀ ਉਹ ਲੱਖਾਂ ਦੀ ਗੱਲ ਕਰਦੇ ਹਨ। ਪਾਤਸ਼ਾਹ ਐਸੇ ਅਤੇ ਗੁਰੂ ਗੋਬਿੰਦ ਸਿੰਘ ਸ਼ਿਰੇ ਲਾ ਦਿੱਤੀ ਗੱਲ, ਕੋਟ ਇੰਦਰ ਬ੍ਰਹਮਾ ਕਿਤੇ ਰੱਬ ਸੱਸ ਕਰੋਰ ਜਲੇਸ। ਮਹਾਨ ਐਡੀ ਦ੍ਰਿਸ਼ਟੀ ਵਾਲਾ ਪੈਗੰਬਰ, ਹੱਦ ਦੀ ਗੱਲ ਹੈ। ਉਹ ਸਾਡੇ ਭਾਗਾਂ 'ਚ ਲਿਖਿਆ, ਅਸੀਂ ਫਿਰ ਵੀ ਨਿਭਾਗੇ ਉਸ ਗੁਰੂ ਨੂੰ ਪਹਿਚਾਣ ਨਹੀਂ ਸਕ ਰਹੇ। ਅਰਦਾਸਾਂ ਕਰੋ ਕਿ ਹੇ ਪਾਤਸ਼ਾਹ ਕਿਰਪਾ ਕਰੋ, ਕੁਛ ਸੋਝੀ ਦਿਓ ਸਾਨੂੰ, ਤੇਰੇ ਚਰਨਾਂ ਤੋਂ ਦੂਰ ਨਾ ਹੋਈਏ। ਤੋ ਪਾਤਸ਼ਾਹ ਸਮਝਾ ਰਹੇ ਨੇ ਠਾਡ ਭਿਓ
ਇੰਨਾ ਤਾਂ ਯਾਦ ਰੱਖਿਓ ਜ਼ਰੂਰ, ਮੈਂ ਦੋ ਤਿੰਨ ਵਾਰੀ ਬੋਲ ਦਿੱਤਾ ਕਿ ਠਾਠ ਭਾਵੇਂ ਘਰ ਵੀ ਕੋਈ ਕੰਮ ਕਰਨਾ ਹੈ, ਕਿਤੇ ਵੀ ਕਰਨਾ ਹੈ, ਹੈ ਨਾ ਜੀ। ਜਿੱਦਾਂ ਪਹਿਲੀ ਅਸ਼ਟਪਦੀ 'ਚ ਆਉਂਦਾ ਸਿਮਰ ਸਿਮਰ ਹਰ ਕਾਰਨ ਕਰਨਾ। ਸਿਮਰ ਭਾਵ ਕੀ ਹੈ ਕਿ ਗੁਰੂ 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 ਨੂੰ ਯਾਦ ਕਰ ਕਰਕੇ, ਉਹਦਾ ਸਿਮਰਨ ਕਰ ਕਰਕੇ, ਕਹਿੰਦੇ ਹਰ ਕੰਮ ਨੂੰ ਹੱਥ ਪਾਇਓ, ਕੰਮ ਪੂਰਾ ਹੋਵੇਗਾ। ਨਹੀਂ ਠੀਕ ਹੈ, ਪ੍ਰਭ ਕੇ ਸਿਮਰਨ ਕਾਰਜ ਪੂਰੇ। ਤੋ ਉਹ ਪਾਤਸ਼ਾਹ ਆਪਣੇ ਸੇਵਕ ਹੀ ਆਪੇ ਰੱਖ ਹੈ, ਸੇਵਕ ਉਹੀ ਹੈ ਜਿਹਨੇ ਅਪਣਤ ਖਤਮ ਕਰ ਦਿੱਤੀ ਹੈ। ਤੋ ਪਾਤਸ਼ਾਹ ਸਮਝਾ ਰਹੇ ਨੇ ਸਾਰਾ ਕੁਛ ਸਾਨੂੰ, ਕੀ ਕਹਿ ਰਹੇ ਨੇ, ਇਹ ਸਾਨੂੰ ਹੀ ਹੈ, ਪਾਤਸ਼ਾਹ ਤਾਂ ਇਹੋ ਜਿਹੇ ਸੀਗੇ, ਅਸੀਂ ਬਣਨਾ ਹੈ, ਅਸੀਂ ਬਣਨਾ ਹੈ ਕਿ ਠਾਠ ਪਿਓ ਮੈਂ ਜ਼ੋਰ ਕਰ ਬਚਨ ਕਹਾਂ। ਪਰ ਬਚਨ ਕਹਿਣ ਤੋਂ ਪਹਿਲੇ ਸਿਰ ਨੀਵਾਂ ਕਰ ਲਓ, ਬਚਨ ਫੇ ਕਰਨਾ, ਪਹਿਲੇ ਹੱਥ ਜੋੜ ਲਓ ਪਾਤਸ਼ਾਹ ਦੇ ਅੱਗੇ, ਤਾਂ ਫਿਰ ਕੀ ਹੈ ਸਿਰ ਨੀਵਾਂ। ਦਰਵਾਜ਼ਾ ਹੀ ਲੰਘਦੇ ਹਾਂ ਉੱਥੋਂ ਇੱਦਾਂ ਹੀ ਆਉਣਾ ਚਾਹੀਦਾ ਹੈ, ਸਾਨੂੰ ਝੁੱਕ ਕੇ ਹੀ ਆਉਣਾ ਚਾਹੀਦਾ ਹੈ। ਠਾਠ ਪਿਓ ਮੈਂ ਜ਼ੋਰ ਕਰ ਬਚਨ ਕਹਾਂ, ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ। ਇਹੀ ਆਪਾਂ ਵੀ ਬੇਨਤੀ ਕਰਦੇ ਹਾਂ, ਹੇ ਪਾਤਸ਼ਾਹ ਇਹ ਤੇਰਾ ਨਾਮ, ਇਹ ਤੇਰਾ ਸਿਮਰਨ, ਇਹ ਤੇਰੀ ਸੰਗਤ, ਇਹ ਅੱਗੇ ਤੋਂ ਅੱਗੇ ਤਾਂ ਹੀ ਚੱਲ ਸਕਦੀ ਹੈ ਜੇ ਬਾਜਾ ਵਾਲਿਆ ਤੂੰ ਸਿਰ ਤੇ ਰਹੇਗਾ ਤਾਂ। ਜੇ ਸਾਡੇ 'ਚ ਮੈਨੂੰ ਵੀ ਸਿੱਖਿਆ ਮਿਲ ਰਹੀ ਹੈ, ਮੈਂ ਵੀ ਸਿੱਖੀ ਰਿਹਾ, ਸਾਰੇ ਆਪਾਂ ਸਿੱਖ ਹੀ ਤਾਂ ਬੈਠੇ ਹਾਂ, ਉਹਨਾਂ ਦੇ ਦਾਤਾ ਤਾਂ ਉਹੋ ਹੀ ਹੈ, ਨਹੀਂ ਤੇ ਆਪਾਂ ਸਿੱਖ ਬੈਠੇ ਹਾਂ। ਆਪਾਂ ਅਰਦਾਸਾਂ ਕਰੀਏ ਸਾਰੇ, ਹੈ ਨਾ ਜੀ, ਇਹ ਵਧੇ ਫੁੱਲੇ, ਪਰ ਤਾਂ ਫੁੱਲ ਵਧਣਾ ਫੁੱਲਣਾ ਹੈ ਤੁਸੀਂ ਸਿਰ 'ਤੇ ਹੱਥ ਰੱਖਿਓ। ਪਾਤਸ਼ਾਹ ਸਮਝਾ ਰਹੇ ਨੇ ਜੋ ਉੱਤੋਂ ਵਚਨ ਸਰਵਣ ਕੀਤੇ ਨੇ, ਸਮਾਂ ਤਾਂ ਹੋ ਗਿਆ ਲਾਗੇ ਨੂੰ, ਕੋਈ ਨਹੀਂ ਤੋ ਦੋ ਮਿੰਟ ਹੋਰ ਲੈ ਲੈਂਦੇ ਹਾਂ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਬਚਨ ਹੋਏ ਨੇ ਕਿ ਆਪਣਾ ਸੁੱਤ ਮੈਂ ਤੋਹੇ ਨਮਾਜ, ਉਸ ਤੋਂ ਪਹਿਲੇ ਵੀ ਜੋ ਬਚਨ ਹੋਏ ਨੇ, ਇਮ ਕਹਿ ਕੇ ਇਹ ਲੋਕ ਪਠਾਇਓ, ਤਬ ਹਮ ਜਨਮ ਜਗਤ ਤਾਰੇ ਆਇਓ। ਤੋ ਪਾਤਸ਼ਾਹ ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਹਮ ਜਗਤ ਜਨਮ ਤਾਰੇ ਆਇਓ। ਪਾਤਸ਼ਾਹ ਦੇ ਵਚਨ ਸੁਣੋ, ਇਹ 'ਚ ਕੋਈ ਰਲੇਵਾਂ ਨਹੀਂ ਕਿ ਇਤਨਾ ਕੁ ਵੀ ਸ਼ਬਦ ਦਾ, ਕਿ ਪਾਤਸ਼ਾਹ ਕਹਿੰਦੇ ਜਿਮ ਤਿੰਨ ਕਹੀ, ਜਿਮ ਤਿੰਨ ਤਿੰਨ ਵਾਹਿਗੁਰੂ ਅਕਾਲ ਪੁਰਖ, ਜਿਸ ਜਿਸ ਤਰ੍ਹਾਂ ਦੇ ਨਾਲ ਸਾਨੂੰ ਅਕਾਲ ਪੁਰਖ ਕਹਿ ਰਿਹਾ ਹੈ, ਜਿਸ ਤਰ੍ਹਾਂ ਦੀ ਉਹਦੀ ਆਵਾਜ਼ ਆ ਰਹੀ ਹੈ, ਜੋ ਜੋ ਸੁਨੇਹਾ ਆ ਰਿਹਾ, ਜੋ ਜੋ ਉਹਨਾਂ ਦੀ ਬਾਣੀ ਆ ਰਹੀ ਹੈ, ਜੋ ਜੋ ਅਨੁਭਵ ਦੇ ਰਿਹਾ, ਜਿਮ ਤਿੰਨ ਕਹੀ ਤਿੰਨੇ ਤਿੰਮ ਕਹੇ ਹੋ। ਕਹਿੰਦੇ ਅਸੀਂ ਉਹਦੇ ਵਿੱਚ ਇੱਕ ਵੀ ਅੱਖਰ ਆਪਣਾ ਨਹੀਂ ਵਰਤਿਆ ਹੈ, ਜਿੱਦਾਂ ਜਿੱਦਾਂ ਉਹਦੀ ਆਵਾਜ਼ ਆ ਰਹੀ ਅਸੀਂ ਉਸੇ ਉਸੇ ਤਰ੍ਹਾਂ ਸੰਸਾਰ ਨੂੰ ਕਹਿ ਰਹੇ ਹਾਂ। ਕਿੱਡੀ ਵੱਡੀ ਗੱਲ ਹੈ, ਸਾਡੇ ਅੱਖਰਾਂ 'ਚ ਕਿਤਨਾ ਕਿਤਨਾ ਰਲੇਵਾਂ ਹੁੰਦਾ ਹੈ। ਅਸੀਂ ਤਾਂ ਪਹਿਲੇ ਆਪਣਾ ਆਪ ਕਰਦੇ ਹਾਂ,
ਪਾਤਸ਼ਾਹ ਕੀ ਕਹਿ ਰਹੇ, ਜਿਮ ਤਿੰਨ ਕਹੀ ਤਿਨੇ ਤਿਮ ਕਹੇ ਓ, ਔਰ ਕਿਸੀ ਸੇ ਵੈਰ ਨਾ ਗਹੇ ਓ। ਜਿਸ ਦਾ ਆਖਿਆ ਹੈ ਕਿ ਇਹਨੂੰ ਸੋਧਾ ਲਾਉਣਾ, ਇਹ ਦੁਸ਼ਟ ਹੈ, ਇਹ ਨਾਮ ਤੋਂ ਤੋੜ ਰਿਹਾ ਹੈ, ਵਿਭਾਚਾਰ ਵਰਤਾ ਰਿਹਾ ਹੈ, ਬਈ ਸੰਸਾਰ ਦੇ ਵਿੱਚੋਂ ਧਰਮ ਦੀ ਗੱਲ ਨੂੰ ਖਤਮ ਕਰ ਰਿਹਾ ਹੈ। ਪਾਤਸ਼ਾਹ ਕਹਿੰਦੇ ਅਸੀਂ ਉਸੇ ਦੇ ਨਾਲ ਹੀ ਮੱਥਾ ਲਾਉਂਦੇ, ਆਪਣੀ ਮਰਜ਼ੀ ਦੇ ਨਾਲ ਅਸੀਂ ਇੱਕ 'ਤੇ ਵੀ ਹੱਥ ਨਹੀਂ ਚੁੱਕਿਆ ਹੈ, ਅਤੇ ਜਿਸ ਦਾ ਸਾਨੂੰ ਹੁਕਮ ਆ ਗਿਆ ਹੈ ਉਸ ਨੂੰ ਅਸੀਂ ਛੱਡਿਆ ਨਹੀਂ ਹੈ। ਨਹੀਂ, ਕਿਉਂ? ਪਰਮੇਸ਼ਰ ਦਾ ਹੁਕਮ ਹੈ, ਉਹ ਪੂਰਾ ਕਰਨਾ ਹੈ। ਨਹੀਂ ਤੋ ਪਾਤਸ਼ਾਹ, ਜਿਮ ਤਿੰਨ ਕਹੀ ਤਿਨੇ ਤਿਮ ਕਹੇ ਹੋ, ਔਰ ਕਿਸੀ ਸੇ ਵੈਰ ਨਾ ਲਹੇ ਹੋ। ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ, ਫਾਲਤੂ ਦੇ ਵਿੱਚ ਝਗੜੇ ਨਾ ਕਰੋ ਕਿਸੇ ਦੇ ਨਾਲ ਵੀ। ਹੁਣ ਤਾਂ ਕੋਈ ਝਗੜਾ ਉਹਨਾਂ ਨੇ ਨਿਬੇੜ ਦਿੱਤੇ ਨੇ, ਆਪਾਂ ਖਲਾਸ ਹਾਂ। ਹੁਣ ਜਿਨ੍ਹਾਂ ਨਾਲ ਯੁੱਧ ਕੀਤੇ, ਮਹਾਰਾਜ ਜੀ ਨੇ ਮੁਸਲਮਾਨਾਂ ਨਾਲ ਕੀਤੇ, ਹਿੰਦੂਆਂ ਨਾਲ ਕੀਤੇ, ਅੱਜ ਸਾਰੇ ਦੇ ਸਾਰੇ ਮਹਾਰਾਜ ਜੀ ਨੇ ਝੁਕਾ ਦਿੱਤੇ। ਹਰ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ, ਕੋਈ ਗੱਲ ਹੀ ਨਹੀਂ ਰਹਿਣ ਦਿੱਤੀ। ਬੋਲੋ, ਮੁਸਲਮਾਨ ਵੀਰ ਵੀ ਝੁਕਦੇ ਨੇ ਅੱਜ, ਹਿੰਦੂ ਵੀਰ ਵੀ ਝੁਕਦੇ ਨੇ, ਠੀਕ ਹੈ ਨਾ? ਸਭ ਝੁਕਣ ਲੱਗ ਪਏ। ਪਾਤਸ਼ਾਹ ਨੇ ਦਿਖਾ ਦਿੱਤਾ ਹੈ ਕਿ ਆਹ ਸਰੂਪ ਹੈ ਸਾਡਾ, ਇਹਦਾ ਕਿਸੇ ਨਾਲ ਵੈਰ ਨਹੀਂ, ਇਹ ਬਖਸ਼ਣਹਾਰ ਰੂਪ ਹੈ। ਜਿਮ ਤਿੰਨ ਕਹੀ ਤਿਨੇ ਤਿਮ ਕਹੇ ਹੋ, ਔਰ ਕਿਸੀ ਸੇ ਵੈਰ ਨਾ ਲਹੇ ਹੋ। ਪਾਤਸ਼ਾਹ, ਜੋ ਮੁਝ ਕੋ ਪਰਮੇਸ਼ਰ ਉੱਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਜੋ ਸਾਨੂੰ ਰੱਬ ਕਹੇਗਾ, ਮਹਾਰਾਜ ਕਹਿੰਦੇ ਨਰਕਾਂ ਨੂੰ ਜਾਏਗਾ। ਕੀ ਆਖਿਆ? ਮੈਂ ਹੂੰ ਪਰਮ ਪੁਰਖ ਕੋ ਦਾਸਾ। ਨਹੀਂ, ਮੈਂ ਉਸ ਅਕਾਲ ਪੁਰਖ ਦਾ ਦਾਸ ਹੈ। ਮੋਕੋ ਦਾਸ ਤਵਨ ਕਾ ਜਾਨੋ, ਮੈਨੂੰ ਜਾਂ ਮੈਂ ਭੇਦ ਨਾ ਰੰਚ ਪਛਾਨੋ। ਅਤੇ ਭੇਦ ਵੀ ਕੋਈ ਇਹ ਨਾ ਕੱਢਿਓ ਕਿ ਹੈ ਜਾਂ ਨਹੀਂ ਹੈ। ਬੋਲੋ ਸਤ, ਕੀ ਹੈ? ਹੈ ਜਾਂ ਨਹੀਂ ਹੈ? ਬਿਲਕੁਲ ਹੈ। ਇਹ ਮੇਰੇ ਬੋਲ ਨਹੀਂ, ਇਹ ਨਿਰੰਕਾਰ ਦੇ ਬੋਲ ਹਨ। ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ। ਮੈਂ ਹੂੰ, ਕੌਣ ਹੈ ਮੈਂ? ਪਰਮ ਪੁਰਖ ਕਾ ਮੈਂ, ਔਰ ਕਿਸੇ ਸ਼ਕਤੀ ਦਾ ਨਹੀਂ। ਵੀ ਜੇ ਥੱਲੇ ਆਖੀਏ ਕਿ ਭਗਵਾਨ ਵਿਸ਼ਨੂੰ, ਸ਼ਿਵਜੀ ਜੀ ਜਾਂ ਬ੍ਰਹਮਾ ਜੀ, ਨਹੀਂ, ਮੈਂ ਕਿਸੇ ਦਾ ਦਾਸ ਨਹੀਂ, ਮੈਂ ਅਕਾਲ ਪੁਰਖ ਦਾ ਦਾਸ ਹਾਂ। ਮੈਂ ਹੂੰ ਪਰਮ ਪੁਰਖ, ਸਭ ਤੋਂ ਵੱਡਾ। ਮੈਂ ਹੂੰ ਪਰਮ ਪੁਰਖ ਦਾਸ, ਦੇਖਣ ਆਇਓ ਜਗਤ ਤਮਾਸਾ। ਇਹ ਜਗਤ ਕੀ ਕਰ ਰਿਹਾ ਹੈ, ਇੱਥੇ ਕੀ ਹੋ ਰਿਹਾ ਹੈ ਜਗਤ ਦੇ ਵਿੱਚ, ਉਹ ਦੇਖਣ ਦੇ ਵਾਸਤੇ ਆਇਆ ਹੈ ਅਤੇ ਇਹਨੂੰ ਠੀਕ ਕਰਨ ਵਾਸਤੇ ਆਇਆ ਹੈ। ਮੈਂ ਹੂੰ ਪਰਮ ਪੁਰਖ। ਅੱਜ ਪਹਿਲੇ ਬੋਲੇ ਸਾਂ ਪਿਛਲੇ ਹਫ਼ਤੇ ਕਿ ਆਹ ਜਿਹੜਾ ਹੁਣ ਮਹੀਨਾ ਸਮਾਂ ਹੈ, ਸਵਾ ਮਹੀਨਾ ਹੈ, ਲੜੀ ਵੀ ਚਲੇਗੀ। ਇਹਦੇ ਵਿੱਚ ਕੇਵਲ ਅਤੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਪਿਤਾ ਦਾ ਹੀ ਜਸ ਕਰਾਂਗੇ ਆਪਾਂ।
ਇੱਥੇ ਸਾਰੇ ਦੀਵਾਨ ਲੱਗਣਗੇ। ਠੀਕ ਹੈ ਨਾ ਜੀ। ਤੋ ਪਾਤਸ਼ਾਹ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਭਈ ਜੋ ਪ੍ਰਭ ਜਗਤ ਕਹਾ ਸੋ ਕਹੇ ਹੋ, ਮ੍ਰਿਤ ਲੋਕ ਤੇ ਮੋਹ ਨਾ ਰਹੇ ਹੋ। ਮ੍ਰਿਤ ਕਹਿੰਦੇ ਹੀ ਬਿਨਸਨਹਾਰ ਜਗਤ ਅੱਜ ਤੇ ਕੱਲ, ਇਸ ਬਿਨਸਨਹਾਰ ਜਗਤ ਦੇ ਵਿੱਚ ਕਦੀ ਵੀ ਗੁਰੂ ਗੋਬਿੰਦ ਸਿੰਘ ਉਹਦਾ ਸੁਨੇਹਾ ਦੇਣ ਤੋਂ ਕਦੀ ਵੀ ਮੋੜ ਨਹੀਂ ਧਾਰੇਗਾ। ਖੁੱਲ੍ਹ ਕੇ ਸੁਨੇਹੇ ਦੇਵਾਂਗੇ ਉਸ ਅਕਾਲ ਪੁਰਖ ਦੇ। ਚੁੱਪ ਨਹੀਂ ਕਰਨਾ, ਕਿਸੇ ਦਾ ਭੈ ਨਹੀਂ ਹੈ ਸਾਨੂੰ। ਐਸਾ ਕੌਣ ਆਏ ਸਨ, ਲੋ ਪੜ੍ਹ ਵੀ ਲਓ। ਮੈਂ ਹੂੰ ਪਰਮ ਪੁਰਖ ਦਾਸਾ, ਦੇਖਣ ਆਇਓ ਜਗਤ ਤਮਾਸਾ। ਪਰਮ ਪੁਰਖ ਦਾਸਾ, ਦੇਖਣ ਆਇਓ ਜਗਤ ਤਮਾਸਾ। ਪਰਮ ਮੈਂ ਹੂੰ ਪਰਮ ਪੁਰਖ ਦਾਸਾ, ਦੇਖਣ ਆਇਓ ਜਗਤ ਤਮਾਸਾ। ਦੇਖਣ ਆਇਓ ਜਗਤ ਤਮਾਸਾ। ਪਰਮ ਪੁਰਖ ਮਿਲ ਕੇ ਦੇਖਣ, ਮੈਂ ਹੂੰ ਪਰਮ ਪੁਰਖ ਦਾਸਾ, ਦੇਖਣ ਆਇਓ ਜਗਤ ਤਮਾਸਾ। ਦੇਖਣ ਆਇਓ ਜਗਤ ਤਮਾਸਾ। ਪਰਮ ਪੁਰਖ ਦਾਸਾ, ਮੈਂ ਹੂੰ ਪਰਮ ਪੁਰਖ ਦਾਸਾ। ਮੈਂ ਹੂੰ ਪਰਮ ਪੁਰਖ ਦਾਸਾ, ਮੈਂ ਹੂੰ ਪਰਮ ਪੁਰਖ ਦਾਸਾ। ਪਰਮ ਪੁਰਖ ਦੇਖਣ ਆਇਓ ਜਗਤ ਤਮਾਸਾ, ਆਇਓ ਜਗਤ ਤਮਾਸਾ। ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ। ਮੈਂ ਹੂੰ ਪਰਮ ਪੁਰਖ ਦਾਸਾ,
ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ, ਪਰਮ ਪੁਰਖ ਗੁਰੂ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਉੱਤੇ ਕਿਰਪਾ ਕਰਨ, ਮਿਹਰ ਕਰਨ, ਔਰ ਅੱਜ ਇਸ ਦੀਵਾਨ ਦੇ ਵਿੱਚ ਇਤਨੀ ਕੁ ਸਿੱਖਿਆ ਜ਼ਰੂਰੀ ਹੈ ਕਿ ਮਨ ਦੇ ਵਿੱਚੋਂ ਪੱਕਾ ਬਿਠਾਓ ਅਤੇ ਕਦੇ ਕੱਢਿਓ ਨਾ, ਤੁਰਦੇ ਫਿਰਦੇ ਇਹ ਰੱਖੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਪੁੱਤਰ ਹਾਂ। ਕਹਿੰਦੇ ਹਾਂ ਗੁਰੂ, ਭੁੱਲਿਓ ਨਾ ਇਸ ਸਰੂਪ ਨੂੰ ਕਦੇ ਵੀ। ਅਸੀਂ ਕਹਿੰਦੇ ਹਾਂ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਰੇ ਗੁਰ ਭੈਣ ਗੁਰ ਭਰਾ ਹੈ ਨਾ ਜੀ, ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ। ਅਤੇ ਇਸੇ ਤਰ੍ਹਾਂ ਦੇ ਨਾਲ ਚਲੋ, ਇੱਕ ਦੂਜੇ ਨਾਲ ਜੁੜ ਕੇ ਰਹੋ, ਨਾਲ ਆਪਣੇ ਇਕੱਠੇ ਕਰੋ, ਦੂਰ ਨਾ ਕਿਸੇ ਨੂੰ ਕਰੋ, ਹੈ ਨਾ ਜੀ। ਅਤੇ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਬਾਈ। ਕੋਈ ਇਹਦੇ ਤੋਂ ਬਾਹਰ ਨਾ ਜਾਇਓ, ਜਿਹਨੇ ਬਾਹਰ ਜਾਣਾ ਤਾਂ ਫਿਰ ਉਹਨੂੰ ਤਾਂ ਗੁਰੂ ਗੋਬਿੰਦ ਸਿੰਘ ਦੀ ਦਰਗਾਹ ਨਹੀਂ ਹੈ, ਉਹਦੇ ਬੱਚੇ ਆ, ਇੱਕ ਦੇ ਹੀ ਆ ਜਿਹੜੇ ਇੱਕ ਦੇ ਨੇ। ਚੱਲਣਾ ਕਿੱਦਾਂ ਹੈ ਸਾਰੇ ਜਾਣੇ ਪੜਿਓ, ਉਹ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਨਹੀਂ ਪਾਈ, ਪਿਤਾ ਦੇ ਪੁੱਤਰ ਅਸੀਂ ਸਾਰੇ ਨਹੀਂ ਪਾਈ ਪਾਈ, ਪਿਤਾ ਦੇ ਪੁੱਤਰ ਅਸੀਂ ਸਾਰੇ ਭਈ, ਪਿਤਾ ਦੇ ਪੁੱਤਰ ਅਸੀਂ ਸਾਰੇ ਭਈ, ਪਿਆਰੇ ਜੀ ਪਾਈ ਪਾਈ ਬਣ ਚੱਲੀਏ, ਪਿਆਰੇ ਜੀ ਪਾਈ ਪਾਈ ਬਣ ਚੱਲੀਏ, ਪਿਆਰੇ ਜੀ ਪਾਈ ਪਾਈ ਬਣ ਚੱਲੀਏ,
ਪਿਆਰੇ ਜੀ ਭਾਈ ਭਾਈ ਬਣ ਚੱਲੀਏ ਬਾਜਾਂ ਵਾਲੇ ਦੇ ਪੁੱਤਰ ਅਸੀਂ ਸਾਰੇ ਬਈ ਸਿੰਘ ਪਾਤਸ਼ਾਹ ਆਪ ਸਮੂਹ ਸੰਗਤਾਂ ਦੀ ਕਿਰਤ ਵਿੱਚ ਵਾਧਾ ਪਾਉਣ, ਵੱਧ ਤੋਂ ਵੱਧ ਦੇਣ। ਦੂਸਰੀ ਬੇਨਤੀ ਇਹ ਕਰਦੇ ਹਾਂ ਕਿ ਹਰ ਭੈਣ ਵੀ ਅਤੇ ਹਰ ਭਾਈ ਵੀ ਆਪਣਾ ਧਰਮ ਸਮਝੋ। ਦਿਨੋ ਦਿਨ ਕਲਯੁੱਗ ਜ਼ੋਰ ਪਾ ਰਿਹਾ ਹੈ ਅਤੇ ਬੇਨਤੀ ਇਹ ਹੈ ਕਿ ਜਿੱਥੇ ਆਪਣੀ ਕਿਰਤ ਦੇ ਵਾਸਤੇ ਤੁਸੀਂ 10-10 ਘੰਟੇ ਲਾਉਣੇ ਹੈ, ਉੱਥੇ ਕੋਈ ਅੱਧਾ ਘੰਟਾ ਜਾਂ ਘੰਟਾ ਕਿਸੇ ਦੇ ਨਾਲ ਰੋਜ਼ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਲਈ ਵੀ ਸਾਰੇ ਜਾਣੇ ਲੱਕ ਬੰਨੋ। ਮੇਰੇ ਕੀਤਿਆਂ ਕੁਛ ਨਹੀਂ ਹੋਣਾ ਜੇ ਮੈਂ ਇਕੱਲਾ ਕਹੂੰ, ਮੇਰੇ ਹੱਥ ਤਾਂ ਮੈਂ ਖੜ੍ਹੇ ਕਰਦਾ, ਇਕੱਲਾ ਕੁਛ ਵੀ ਨਹੀਂ ਕਰ ਸਕਦਾ। ਸੰਗਤ ਬਰਾਟ ਰੂਪ ਲਿਖਿਆ ਪਰਮੇਸ਼ਰ ਦੀ ਕਿ ਸੰਗਤ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਸਾਰੇ ਜਾਣੇ ਭੈਣ ਭਰਾ ਲੱਕ ਬੰਨੋ। ਅਸੀਂ ਤਾਂ ਦੇਖੋ ਨਾ, ਮੈਂ ਕਹੂੰਗਾ ਤਾਂ ਬੜੀ ਹੱਦ ਨੂੰ 2-4 ਨੂੰ ਮੈਂ ਕਹਿ ਸਕਦਾ ਹੈ, ਤੁਸੀਂ ਇੱਕ ਇੱਕ ਨੂੰ ਵੀ ਕਹਿੰਦੇ ਹਾਂ ਤਾਂ ਆਪਾਂ ਡਬਲ ਹੋ ਜਾਂਦੇ ਹਾਂ। ਜੇ ਤੁਸੀਂ 2-2 ਨੂੰ ਕਹਿੰਦੇ ਤਾਂ 3 ਹੋ ਜਾਂਦੇ, 4-4 ਨੂੰ ਕਹਿੰਦੇ ਅਸੀਂ 4 ਹੋ ਜਾਂਦੇ ਹਾਂ। ਕਮ ਸੇ ਕਮ ਰਾਜੇ ਦੇਖੋ, ਅਸੀਂ ਇੱਕ ਇੱਕ ਨੂੰ ਤਾਂ ਹੈ ਨਾ, ਜਿਸ ਦਾਤੇ ਦਾ ਆਪਾਂ ਖਾਣਾ ਹੈ ਉਸ ਦਾਤੇ ਦੇ ਘਰ ਦੇ ਵਾਸਤੇ ਜ਼ਰੂਰ ਘੰਟਾ ਲਾਓ। ਨਿਤਨੇਮ ਤਾਂ ਕਰਨਾ ਹੀ ਹੈ ਰੋਜ਼। ਇਸ ਸਿੱਖੀ ਦੇ ਨਾਲ ਕਿਸੇ ਨੂੰ ਨਾ ਕਿਸੇ ਨੂੰ ਜ਼ਰੂਰ ਗੰਢੋ, ਹੈ ਨਾ ਜੀ। ਕਿਉਂਕਿ ਅੱਜ ਹਰ ਪਾਸੇ ਆ, ਤੁਸੀਂ ਦੇਖ ਲਓ 2-3 ਜ਼ਿਲ੍ਹੇ ਆਪਣੇ, ਉੱਥੇ ਇੱਕ ਆ ਸਥਾਨ ਹੈ ਜਿੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਹੋਈ ਹੈ। ਐਤਵਾਰ ਵੀ, ਵੀਰਵਾਰ ਵੀ, ਵੀਰਵਾਰ ਵੀ ਸ਼ਾਮ ਨੂੰ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਪਹੁੰਚਿਆ ਕਰੋ। 3-5 ਦਾ ਟਾਈਮ ਹੁੰਦਾ ਹੈ, ਵੱਧ ਤੋਂ ਵੱਧ ਲਾ ਲਓ। ਸਾਡੇ ਮਨਾਂ ਦੇ ਉੱਤੇ ਗੁਰੂ ਨਾਨਕ ਦੀ ਬਾਣੀ ਦਾ ਵੱਧ ਤੋਂ ਵੱਧ ਅਸਰ ਪਵੇ ਔਰ ਸਾਡਾ ਮਨ ਸਦਾ ਆਨੰਦਿਤ ਰਹੇ, ਖੇੜੇ 'ਚ ਰਹੇ ਔਰ ਤੁਰਦੇ ਫਿਰਦੇ ਸੋਚੋ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਸੰਸਾਰ
ਜਿਹੜਾ ਕਲਯੁੱਗ ਦੀ ਮਾਰ ਹੇਠਾਂ ਵਿਖੜ ਰਿਹਾ, ਇਹਨਾਂ ਦੇ ਅੰਦਰ ਅਸੀਂ ਕਿਸ ਤਰ੍ਹਾਂ ਗੁਰੂ ਨਾਨਕ ਦੇ ਪਵਿੱਤਰ ਬੋਲ, ਗੁਰੂ ਗੋਬਿੰਦ ਸਿੰਘ ਜੀਆਂ ਦੇ ਪਵਿੱਤਰ ਬੋਲ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਪ੍ਰਵੇਸ਼ ਕਰਕੇ ਅਤੇ ਇਹਨਾਂ ਨੂੰ ਟੁੱਟਿਆਂ ਹੋਇਆਂ ਨੂੰ ਮੁੜ ਕੇ ਜੋੜਨਾ ਹੈ। ਅਰਦਾਸ ਵੀ ਕਰੀਏ ਕਿ ਟੁੱਟੀ ਗੰਢ ਅਨਹਾਰ ਗੋਪਾਲ, ਹੇ ਸੱਚੇ ਪਾਤਸ਼ਾਹ ਜੋ ਟੁੱਟ ਚੁੱਕੇ ਨੇ ਉਹਨਾਂ ਨੂੰ ਮੁੜ ਕੇ ਜੋੜ ਲਓ, ਤੁਸੀਂ ਤਾਂ ਬਖਸ਼ੇ, ਤੁਸੀਂ ਕਿੰਨੀ ਵਾਰੀ ਟੁੱਟੀਆਂ ਗੰਢੀਆਂ ਨੇ, ਆ ਸਮਾਂ ਹੁਣ ਫਿਰ ਮਹਾਰਾਜ ਜੀ ਟੁੱਟੀ ਗੰਢਣ ਵਾਲਾ ਆਇਆ ਪਿਆ ਵੀ, ਠੀਕ ਹੈ ਨਾ ਜੀ, ਹੁਣ ਕੀ ਹੈ ਟੁੱਟੀ ਗੰਢਣ ਵਾਲਾ ਹੀ ਸਮਾਂ ਆਇਆ ਪਿਆ। ਇਹ ਪਾਤਸ਼ਾਹ ਜੇ ਆਖੀਏ ਕਿ ਸਾਡੇ ਕਿਸੇ ਦੇ ਬਸ ਦੀ ਗੱਲ ਨਹੀਂ ਹੈ, ਇਹ ਤੁਹਾਡੀ ਮਿਹਰ ਦੇ ਉੱਤੇ ਸਾਰਾ ਖੜਾ ਹੈ, ਇੱਕ ਇੱਕ ਦੇ ਉੱਤੇ ਮਹਾਰਾਜ ਜੀ ਸਿੱਖ ਅਤੇ ਭੈਣ ਭਰਾ 'ਤੇ ਆਪਣੀ ਮਿਹਰ ਕਰ ਦਿਓ, ਸਾਰੇ ਇਸ ਦੇ ਵਾਸਤੇ ਜੁਟੀਏ ਅਸੀਂ ਤਾਂ ਕਿ ਕੁਛ ਦੇਖੀਏ ਕਿ ਪਾਤਸ਼ਾਹ ਦੀ ਸਿੱਖੀ ਦਾ ਆਨੰਦ ਹੈ ਨਾ ਜੀ। ਤੋ ਕਿਰਪਾ ਸਤਿਗੁਰੂ ਹੀ ਕਰਨ ਸੱਚੇ ਪਾਤਸ਼ਾਹ ਜੀ, ਜੇ ਤਾਰਨਾ ਪੜ੍ਹਨੀ ਤਾਂ ਇੱਕ ਪੜ੍ਹ ਲਵੋ ਤੁਸੀਂ, ਉਹ ਟੁੱਟੀ ਗੰਢ ਦੇ ਤੂੰ ਵਾਜਾ ਵਾਲੇ ਗੁਰ ਸਾਡੀ ਹੋ ਬੇਨਤੀ, ਟੁੱਟੀ ਗੰਢ ਦੇ ਤੂੰ ਵਾਜਾ ਵਾਲੇ ਗੁਰ ਸਾਡੀ ਜੀ ਹੋਈ ਬੇਨਤੀ, ਸਾਡੀ ਜੀ ਹੋਈ ਬੇਨਤੀ, ਟੁੱਟੀ ਗੰਢ ਦੇ ਤੂੰ ਵਾਜਾ ਵਾਲੇ ਪਾਤਸ਼ਾਹ, ਸਾਡੀ ਜੀ ਹੋਈ ਬੇਨਤੀ, ਵੇਲੇ ਉੱਠ ਕੇ ਸਾਰਿਆਂ ਦੇ ਭਲੇ ਦੀ ਅਰਦਾਸ ਕਰਿਆ ਕਰੋ ਕਿ ਹੇ ਸੱਚੇ ਪਾਤਸ਼ਾਹ ਇਹ ਕਲਯੁੱਗ ਦੀ ਮਾਰ ਤੋਂ ਬਚਾ ਲਵੋ ਅਤੇ ਸਾਰਿਆਂ ਨੂੰ ਗੰਢ ਪਾ ਦਿਓ। ਸੋ ਇਤਨਾ ਕੁਛ ਬੋਲਦੇ ਹੋਏ ਬੇਨਤੀ ਅਗਲੀ ਕਰ ਦਈਏ ਥੋੜ੍ਹੀ, ਕਿ ਹੁਣ ਸ਼ਲੋਕ ਪੜ੍ਹ ਦੇਵਾਂਗੇ, ਅਰਦਾਸ ਹੋਵੇਗੀ, ਅਰਦਾਸ ਦੇ ਨਾਲ ਸਾਰਿਆਂ ਨੇ ਅਰਦਾਸ ਤੋਂ ਬਾਅਦ ਸ੍ਰੀ ਹੁਕਮਨਾਮਾ, ਜੋ ਔਰ ਕੋਈ ਥੋੜ੍ਹਾ ਵਿਚਾਰ 2 ਮਿੰਟ ਹੋਏਗਾ ਸਟੇਟ ਸੈਕਟਰੀ ਦੱਸ ਦੇਵੇਗਾ,
ਅਤੇ ਉਸ ਦੇ ਨਾਲ ਫਿਰ ਸ੍ਰੀ ਅਨੰਦ ਸਾਹਿਬ ਜੀਆਂ ਦੇ ਪਾਠ ਹੋਣਗੇ ਦੁਆਰਾ, ਅਤੇ ਪਵਿੱਤਰ ਸ੍ਰੀ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਹੋਵੇਗੀ। ਫਿਰ ਉਸ ਤੋਂ ਬਾਅਦ ਇਹ ਸਾਰਾ ਕੁਛ 10 ਵਜੇ ਤੋਂ ਪਹਿਲੇ ਪਹਿਲੇ ਹੋ ਜਾਵੇਗਾ। ਗੁਰੂ ਪਾਤਸ਼ਾਹ ਰਹਿਮਤ ਕਰਨ, ਅਖੰਡ ਪਾਠੀ ਸਿੰਘ ਜਿਹੜੇ ਨੇ, ਸਾਰਿਆਂ ਨੇ ਸਵਾ ਮਹੀਨਾ ਸਾਥ ਦੇਣਾ ਹੈ। ਗੁਰੂ ਪਾਤਸ਼ਾਹ ਅਤੇ ਸਾਰੀਆਂ ਸੰਗਤਾਂ ਨੇ ਵੀ ਸਾਥ ਦੇਣਾ ਹੈ। ਸਮੇਂ ਨਾਲ ਆਇਆ ਕਰੋ। ਔਰ ਗੁਰੂ ਪਾਤਸ਼ਾਹ ਰਹਿਮਤ ਕਰਨ, ਤੁਹਾਨੂੰ ਵਧਾਈਆਂ ਵੀ ਸਾਰਿਆਂ ਨੂੰ ਦਿੰਦੇ ਹਾਂ, ਤੁਸੀਂ ਭਾਗਾਂ ਵਾਲੇ ਜਿਨ੍ਹਾਂ ਦੇ ਸਾਡੇ ਭਾਗਾਂ 'ਚ ਮਹਾਰਾਜ ਜੀਆਂ ਨੇ ਲਿਖਿਆ ਹੈ ਸਾਰਿਆਂ ਦੇ, ਤੋ ਗੁਰੂ ਪਾਤਸ਼ਾਹ। ਬਾਕੀ ਜਿਹੜੇ ਤਾਂ ਪਾਠੀ ਨੇ ਉਹਨਾਂ ਨੇ ਤਾਂ 2-2 ਘੰਟੇ ਰੌਲ ਲਾਉਣੀ ਲਾਉਣੀ ਆ। ਬਾਕੀ ਵੀ ਸਾਰੀ ਸੰਗਤ ਨੂੰ ਰਾਜੇ ਅਸੀਂ ਬੇਨਤੀ ਇਹ ਕਰਦੇ ਹਾਂ, ਤੁਸੀਂ ਇੱਥੇ ਨਹੀਂ ਰੌਲ ਲਾਉਣੀ, ਕੋਈ ਗੱਲ ਨਹੀਂ, ਆਪਣੇ ਘਰਾਂ ਦੇ ਵਿੱਚ ਹੀ ਤੁਸੀਂ 2-2 ਘੰਟੇ ਸਿਮਰਨ ਕਰੋ ਸਵਾ ਮਹੀਨਾ, ਹੈ ਨਾ ਜੀ। ਜਿਹੜੇ ਇੱਥੇ ਨਹੀਂ ਆ ਸਕਦੇ ਉਹ ਆਪਣੇ ਘਰਾਂ 'ਚ ਹੀ 2-2 ਘੰਟੇ ਸਿਮਰਨ ਕਰੋ। ਅਮਾ ਪੁਰਖ ਵੀ ਆਏ ਨੇ ਸਾਡੇ ਕੋਲ, ਉਹਨਾਂ ਨੂੰ ਵੀ ਜੀ ਆਇਆ, ਸਾਰਿਆਂ ਨੂੰ ਗੁਰੂ ਪਾਤਸ਼ਾਹ ਕਿਰਪਾ ਕਰਨ ਭਾਈ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।